ਸਾਤਰੀ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਸ ਸਮਾਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਰੋਜ਼ਾਨਾ ਦੀ ਤਰ੍ਹਾਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਵਾਦ ਸਿੰਦਰ ਜੀ ਪ੍ਰੋਫੈਸਰ ਸਾਹਿਬ ਗੁਜਰਾਤ ਦੇ ਚੋਣ ਨਤੀਜਿਆਂ ਤੋਂ ਬਾਅਦ ਹਿਮਾਚਲ ਚ ਕਾਂਗਰਸ ਜਿੱਤੀ ਤੇ ਉੱਥੇ ਓਪੀਐਸ ਸਕੀਮ ਦਾ ਬੜਾ ਬੋਲਬਾਲਾ ਸੀ ਹਾਲਾਂਕਿ ਪੰਜਾਬ ਸਰਕਾਰ ਵੀ ਕਹਿੰਦੀ ਰਹੀ ਹੈ ਕਿ ਅਸੀਂ ਇਹਦੇ ਬਾਰੇ ਅ ਗੱਲਬਾਤ ਕਰ ਲਈ ਹੈ ਉਹਨਾਂ ਨੂੰ ਭਰੋਸਾ ਵੀ ਦਿੱਤਾ ਸਰਕਾਰੀ ਮੁਲਾਜ਼ਮਾਂ ਨੂੰ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੇਵਾਂਗੇ ਪਰ ਉਹ ਕੇਂਦਰ ਸਰਕਾਰ ਨੇ ਨਾ ਕਰ ਦਿੱਤੀ ਹੈ ਉਸ ਨਾ ਦੇ ਨਾਲ ਕਿੱਦਾਂ ਦਾ ਅਸਰ ਪੈਂਦਾ ਹੈ ਸਰਕਾਰੀ ਮੁਲਾਜ਼ਮਾਂ ਦੇ ਉੱਤੇ ਉਹ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਹ ਕੀ ਸੂਬਾ ਸਰਕਾਰ ਆਪਣੇ ਪੱਧਰ ਤੇ ਹੁਣ ਲਾਗੂ ਨਹੀਂ ਕਰ ਸਕੇਗੀ ਜਾਂ ਉਹਦਾ ਬੋਝ ਕਿਵੇਂ ਸੂਬੇ 'ਚ ਲੱਣਗੇ ਜੇ ਆਪਣੇ ਪੱਧਰ ਤੇ ਲਾਗੂ ਕਰਨਾ ਇਹ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਆਖਰਕਾਰ ਕੇਂਦਰ ਸਰਕਾਰ ਨੇ ਉਹਨੂੰ ਲਾਗੂ ਕਰਨ ਤੋਂ ਨਾ ਕਿਉਂ ਕੀਤਾ ਆ ਦੇਖੋ ਇਹ ਜਿੰਨਾ ਸੌਖਾ ਤੇ ਸਿੰਪਲ ਜਿਹਾ ਮਾਮਲਾ ਲੱਗਦਾ ਸੀ ਸਿਰਫ ਪੈਸੇ ਦਾ ਹੀ ਮਾਮਲਾ ਲੱਗਦਾ ਸੀਗਾ ਕਿ ਹਾਂਜੀ ਜਿਹੜੇ ਸਰਕਾਰਾਂ ਨੇ ਜਿਹੜੇ ਆਪਣੇ EMPLYEE ਉਹਨਾਂ ਨੂੰ ਪੈਨਸ਼ਨ ਪੁਰਾਣੀ ਪੈਨਸ਼ਨ ਸਕੀਮ ਦੇ ਦੇਣੀ ਆ ਜਿਹੜਾ ਉਹਨਾਂ ਦਾ ਫੰਡ ਆ ਕੇਂਦਰ ਦੇ ਵਿੱਚ ਜਮਾ ਆ ਉਹ ਕੇਂਦਰ ਵਾਪਸ ਕਰ ਦੂਗਾ ਤੇ ਬਾਕੀ ਦੀ ਜ਼ਿੰਮੇਵਾਰੀ ਕਾਂਗਰਸ ਜਿਹੜੀ ਜਿਹੜੀ ਵੀ ਕਾਂਗਰਸ ਦੀ ਸਰਕਾਰ ਹੋਵੇ ਜਾਂ ਕੋਈ ਵੀ ਸਰਕਾਰ ਹੋਵੇ ਉਹਦੀ ਹੋਊਗੀ ਇਸ ਕਿਸਮ ਦਾ ਸਿੰਪਲ ਜਿਹਾ ਸਵਾਲ ਲੱਗਦਾ ਇਹ ਇੰਨਾ ਸਿੰਪਲ ਹੈ ਨਹੀਂ ਉਹ ਇਸ ਕਰਕੇ ਸਿੰਪਲ ਨਹੀਂ ਤੇ ਹਾਥ ਆਧਾਰ ਕਰਜ਼ਾ ਲੈ ਕੇ ਕੇਂਦਰ ਦੀ ਸਰਕਾਰ ਚੱਲਦੀ ਹੈ ਉਹ ਵਰਲਡ ਬੈਂਕ ਤੋਂ ਕਰਜ਼ਾ ਲੈਂਦੇ ਆਈਐਮਐਫ ਤੋਂ ਲੈਂਦੇ ਆ ਕਈ ਕਿਸਮ ਦੀਆਂ ਹੋਰ ਜਿੱਥੋਂ ਵੀ ਕਰਜ਼ਾ ਮਿਲ ਜੇ ਉਹ ਲੈਂਦੇ ਆ ਜਿਦੋਂ ਉਹਨਾਂ ਏਜੰਸੀਆਂ ਤੋਂ ਕਰਜ਼ਾ ਲੈਣਾ ਤੇ ਪਹਿਲਾਂ ਉਹ ਕਹਿੰਦੇ ਕਿ ਹਾਂ ਜਿਹੜਾ ਕੰਮ ਕਦੀ ਕਿਸਾਨਾਂ ਨੂੰ ਰਾਹਤ ਦਿੰਨੇ ਆ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦਿੰਨੇ ਆ ਸੁਆਮੀ ਨਾਥਨ ਕਮੇਟੀ ਦੀਆਂ ਗੱਲਾਂ ਕਰਦੇ ਫਿਰਦੇ ਤੁਸੀਂ ਨਾਲ ਹੀ ਤੁਸੀਂ 올ਡ ਪੈਨਸ਼ਨ ਸਕੀਮ ਸਾਰੇ ਪਰਿਵਾਰ ਦੇ ਆ ਠੇਕਾ ਲਿਆ ਤੁਸੀਂ ਅਸੀਂ ਵੀ ਤੁਹਾਨੂੰ ਪੈਸੇ ਦੇਣੇ ਤੁਸੀਂ ਤੇ ਆਪਣੇ ਲੋਕਾਂ ਨੂੰ ਕਰਮਚਾਰੀਆਂ ਨੂੰ ਕਿਸਾਨਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਅਸੀਂ ਜਿਹੜੇ ਪਿੰਡ ਖਾਲੀ ਕਰਾਉਣਾ ਚਾਹੁੰਦੇ ਆ ਪਿੰਡ ਖਾਲੀ ਹੋਣ ਸ਼ਹਿਰ ਬਣ ਸਾਡਾ ਮਾਲ ਮੱਤਾ ਜਾਦਾ ਵਿਕੇ ਤੇ ਉਹ ਸਰਕਲ ਇਕਨੋਮੀ ਦਾ ਸ਼ਹਿਰੀਕਰਨ ਹੋ ਜਾਏ ਤੇ ਹਰ ਚੀਜ਼ ਲੋਕ ਖਰੀਦ ਕੇ ਜੀਣ ਲੱਗ ਜਾਣ ਆਪ ਪੈਦਾ ਖੇਤਾਂ ਚ ਨਾ ਕਰਨ ਜਿਹੜੇ ਖੇਤ ਆ ਉਹ ਅਡਾਨੀ ਆਬਾਨੀਆਂ ਕੋਲ ਇਨਾਂ ਲੋਕਾਂ ਕੋ ਚਲੇ ਜਾਣ ਤੇ ਉਹ ਫਿਰ ਵੱਡੀਆਂ ਮਸ਼ੀਨਾਂ ਨਾਲ ਜਿਵੇਂ ਅਮਰੀਕਾ ਆਸਟ੍ਰੇਲੀਆ ਯੂਰਪ ਦੇ ਵਿੱਚ 2 2 4 4% ਲੋਕ ਸਾਰੇ ਉੱਥੇ ਖੇਤੀ ਦੇ ਵਿੱਚ ਹੈਗੇ ਆ ਤਾਂ ਉੱਥੇ ਵੱਡੇ ਫਾਰਮ ਆ ਹੈਲੀਕਾਪਟਰਾਂ ਨਾਲ ਸਪਰੇਅ ਹੁੰਦਾ ਉਸ ਕਿਸਮ ਦਾ ਕੰਮ ਇੱਥੇ ਕਰਨਾ ਚਾਹੁੰਦੇ ਪਰ ਉਹ ਇੱਥੇ ਹੋਊ ਕਿਵੇਂ ਸਾਡੇ ਦੇ ਇੱਕ ਤੇ ਜਨਸੰਖਿਆ ਬੜੀ ਰੂਰਲ ਏਰੀਆ ਚ ਵੀ ਹੈਗੀ ਹੋਰ ਸਾਰਾ ਕੁਝ ਉਹ ਮਾਡਲ ਜਿਹੜਾ ਟੋਟਲ ਜੋ ਸਾਡੇ ਤੇ ਕੇਂਦਰ ਦੇ ਰਾਹੀਂ ਦੇਸ਼ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਉੱਥੇ ਇੱਥੇ ਉਸੇ ਹੂ ਬੂ ਲਾਗੂ ਕਰਨਾ ਬਹੁਤ ਬਹੁਤ ਕਠਿਨ ਹੈ ਇਹੀ ਹਾਲ ਹੈ ਸਾਡੀ 올ਡ ਪੈਨਸ਼ਨ ਸਕੀਮ ਦਾ 올ਡ ਪੈਨਸ਼ਨ ਸਕੀਮ ਅਸਲ ਵਿੱਚ ਬੜੀ ਰਾਹਤ ਵਾਲੀ ਸਕੀਮ ਸੀ ਉਹਦੇ ਚ ਬਜ਼ੁਰਗਾਂ ਨੂੰ ਕੋਈ ਤੱਕੇ ਨਹੀਂ ਸੀ ਮਾਰਦਾ ਕਿਉਂਕਿ ਬਜ਼ੁਰਗ ਦੇ ਹੀ ਪੈਸੇ ਨਾਲ ਰਾਹਤ ਲੋਕਾਂ ਨੂੰ ਮਿਲਦੀ ਸੀ ਕਿਉਂਕਿ ਜਿਹਨੇ ਵੀ ਸਰਕਾਰੀ ਨੌਕਰੀ ਕਰ ਲਈ ਬਾਕੀ ਦੇ ਨੂੰ ਤਾਂ ਕੋਈ ਪੈਨਸ਼ਨ ਮਿਲਦੀ ਨਹੀਂ ਉਹਨਾਂ ਨੂੰ ਤਾਂ ਪ੍ਰੋਵੀਡੈਂਟ ਫੰਡ ਜਿਹੜਾ ਮਾੜਾ ਮੋਟਾ ਜਿਹੜਾ ਕੱਟਿਆ ਜਾਂਦਾ ਉਹ ਮਿਲਦਾ ਇਹ ਤੇ ਸਿਰਫ ਤੇ ਸਿਰਫ ਜਿਹੜੇ ਥੋੜੇ ਬਹੁਤ ਗਵਰਨਮੈਂਟ ਅੰਪਲਾਈ ਹੈ ਕਿਉਂਕਿ ਚੋਣਾਂ ਚ ਗਵਰਨਮੈਂਟ ਅੰਪਲਾਈ ਹੀ ਜਿਹੜੇ ਸਾਰੇ ਕਰਮਚਾਰੀ ਜਿਹੜੇ ਐਕਟਿਵ ਹੁੰਦੇ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਇਸ ਕਰਕੇ ਹੈ ਬਹੁਤ ਕ੍ਰੂਸ਼ੀਅਲੇ ਕੰਮ ਇਹ ਜਿਹੜੀ ਸਕੀਮ ਜੋ ਵੀ ਘੱਟ ਕੇ ਲਿਆਏ ਜਾਂ ਰਾਜਨੀਤਿਕ ਧੋਬੀ ਪਟਕਾ ਪਹਿਲਾਂ ਰਾਜਸਥਾਨ ਦੇ ਵਿੱਚ ਗਹਿਲੋਤ ਸਰਕਾਰ ਨੇ ਮਾਰਿਆ ਫਿਰ ਉਸੇ ਤਰੀਕੇ ਨਾਲ ਹਿਮਾਚਲ ਚ ਵੱਜ ਗਿਆ ਹੋਰ ਵੀ ਕਈ ਜਗ੍ਹਾ ਤੇ ਵੱਜੂਗਾ ਇਹ ਲੱਗਦਾ ਸਤਿਸ਼ਗੜ੍ਹ ਹੋਰ ਝਾਰਖੰਡ ਉਹਨਾਂ ਸਟੇਟਾਂ ਨੇ ਵੀ ਕਿਹਾ ਕਿ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰਨੀ ਥਾ ਕੇਂਦਰ ਨੂੰ ਲਿਖ ਕੇ ਦਿੱਤਾ ਸਾਡਾ ਪੈਸਾ ਵਾਪਸ ਕਰੋ ਔਰ ਅਸਲ ਰੇਚੇ ਦੇ ਪਿੱਛੇ ਡਿਜ਼ਾਈਨ ਕਰਨ ਮੈਂ ਤਾਂ ਇਹ ਦੱਸਣਾ ਚਾਹੁੰਨਾ ਉਹ ਨੂੰ ਜਿਹਨੂੰ ਨਿਊ ਲਿਬਰਲ ਪਾਲਿਸੀ ਕਹਿੰਦੇ ਆ ਨਵ ਆਧਾਰਵਾਦੀ ਨੀਤੀਆਂ ਕਿ ਲੋਕ ਮਰਦੇ ਆ ਤੇ ਮਰਨ ਬੇਰੁਜ਼ਗਾਰਿਆ ਤੇ ਬੇਰੁਜ਼ਗਾਰ ਰਹਿਣ ਜੇ ਭੁੱਖ ਮਰੀ ਹੈ ਤੇ ਹੈ ਸਾਡੀ ਸਟੇਟ ਦੀ ਜ਼ਿੰਮੇਵਾਰੀ ਨਹੀਂ ਕਾਰਪੋਰੇਟਾਂ ਦੀ ਜ਼ਿੰਮੇਵਾਰੀ ਨਹੀਂ ਕਾਰਪੋਰੇਟਾਂ ਨੂੰ ਸਿੱਧੀ ਤੇ ਓਪਨ ਖੁੱਲ੍ਹ ਦਿਓ ਵੱਡੇ ਪੱਧਰ ਤੇ ਉਹ ਜਿੱਥੇ ਜੋ ਕਰਨਾ ਚਾਹਣ ਇਹ ਮਾਡਲ ਦਾ ਹਿੱਸਾ ਹੈਗਾ ਕਿ ਮਾਰਕੀਟ ਆਪਣੇ ਆਪ ਠੀਕ ਕਰੂਗੀ। ਯਾਨੀ ਜਿਹੜੀ ਮੰਡੀ ਚੀਜ਼ ਹੈ ਉਹ ਜਿੱਥੇ ਜ਼ਿਆਦਾ ਹੋਣਗੇ ਲੋਕ ਜ਼ਿਆਦਾ ਹੋਣਗੇ ਤਨਖਾਹ ਥੱਲੇ ਚੱਲ ਜਾਣਗੀ ਉਹ ਲੰਮੀ ਇਕਨੋਮਿਕ ਥੀਰੀ ਹੈ ਜੀ ਉਹ ਕਦੋਂ ਰিকারਡੋ ਐਡਮ ਸਮਿਥ ਵੇਲੇ ਤੋਂ ਦੇਈ ਤੁਰੇ ਜਾਂਦੇ। ਹੁਣ ਉਹਨੂੰ ਗਾਂ ਤੋਂ ਗਾਂ ਵਧਾਈ ਤੁਰੇ ਜਾਂਦੀ। ਉਸ ਸਿਸਟਮ ਦਾ ਇਹਨਾਂ ਨੂੰ ਸਾਡੇ ਬੰਦਿਆਂ ਨੂੰ ਸਮਝ ਨਹੀਂ ਪੈਂਦੀ ਜਿਹੜੇ ਸਾਡੇ ਰੂਲਿੰਗ ਪਾਰਟੀਆਂ ਤੇ ਤੁਹਾਡੇ ਵਿੱਚ ਬੁਢਾਪਾ ਪੈਨਸ਼ਨ ਕਿੰਨੀ ਆ? ਬੇਰਜ਼ਗਾਰੀ ਪੱਤਾ ਕਿੰਨਾ ਹੈ ਅਮਰੀਕਾ ਚ ਜਾ ਕੇ ਦੇਖੋ। ਉਹਨਾਂ ਨੇ ਕੋਵਿਡ ਵੇਲੇ ਕਿੰਨੇ ਵੱਡੀ ਪੱਧਰ ਤੇ ਪੈਸੇ ਲੋਕਾਂ ਨੂੰ ਦਿੱਤੇ ਉਹ ਇੰਨੇ ਪੈਸੇ ਦਿੱਤੇ ਕਿ ਦੋਵਾਂ ਮੀਆਂ ਬੀਬੀ ਚੋਂ ਇੱਕ ਬੰਦਾ ਕੰਮ ਕਰਨਾ ਹੀ ਛੱਡ ਗਿਆ ਕਹਿੰਦੇ ਅਸੀਂ ਰੋਟੀ ਕੱਟ ਖਾ ਲੈਣੀ ਹੁਣ ਕੰਮੇ ਨਹੀਂ ਕਰਨਾ ਇਸ ਵੇਲੇ ਉਹਨਾਂ ਨੂੰ ਅਪਲਾਈ ਨਹੀਂ ਮਿਲਦੇ ਮਜ਼ਦੂਰ ਨਹੀਂ ਮਿਲਦੇ ਬਾਹਰ ਜਗਾ ਜਗਾ ਲਿਖ ਕੇ ਲਾਇਆ ਕਿ ਤੁਸੀਂ ਇੱਥੇ ਅਪਲਾਈ ਚਾਹੀਦੇ ਇੱਥੇ ਅਪਲਾਈ ਚਾਹੀਦੇ ਦੂਜਿਆਂ ਤੋਂ ਮਂਗਾਉਣਾ ਨਹੀਂ ਚਾਹੁੰਦੇ ਹਾਲ ਦੀ ਘੜੀ ਤੋਂ ਕਿ ਫੇਰ ਉਹ ਐਥਨਿਕ ਪ੍ਰੋਬਲਮ ਹੋਰ ਪ੍ਰੋਬਲਮ ਮਾਈਗ੍ਰੇਸ਼ਨ ਦੀਆਂ ਸਾਰੀਆਂ ਗੱਲਾਂ ਉਵਰ ਆਲ ਜਿਹੜੀ ਗੱਲ ਦਾ ਸਿੱਟਾ ਇਹ ਹੈ ਕਿ OPS ਨੂੰ 올ਡ ਪੈਨਸ਼ਨ ਸਕੀਮ ਨੂੰ ਤੁਸੀਂ ਆਪਾਂ ਨੂੰ ਸਾਰਿਆਂ ਨੂੰ ਇੱਕ ਵੱਡਾ ਰਾਜਨੀਤਿਕ ਤੇ ਆਰਥਿਕ ਪੇਉਂਥੜਾ ਹੈਗਾ ਜਿਨੇ ਆਉਣ ਵਾਲੇ ਸਮੇਂ ਚ ਕੇਂਦਰੀ ਸਰਕਾਰ ਲਈ ਐਨਡੀਏ ਲਈ ਵੱਡੀ ਚੁਣੌਤੀ ਖੜੀ ਕਰਨੀ ਹੈ ਜੇ ਕਾਂਗਰਸ ਇਸੇ ਤਰੀਕੇ ਨਾਲ ਇਸ ਏਜੰਡੇ ਨੂੰ ਪੁਸ਼ ਕਰਦੀ ਰਹੀ ਹਾਂ ਅ ਅ ਅੱਜ ਜਦੋਂ ਲੋਕ ਸਭਾ ਦੇ ਵਿੱਚ ਅਵੈਸੀ ਨੇ ਏਜੰਡਾ ਰੱਖਿਆ ਤਾਂ ਜਿਹੜੀ ਰੂਲਿੰਗ ਮਿਨਿਸਟਰ ਹੈਗੇ ਆ ਕਨਸਰਨਡ ਮਿਨਿਸਟਰ ਉਹਨਾਂ ਨੇ ਸਾਫ਼ ਹੀ ਕਹਿਤਾ ਭਈ ਫੰਡ ਸਾਡੇ ਕੋਲ ਆ ਪੰਜਾਬ ਦਾ ਵੀ 17000 ਕਰੋੜ ਪਾਉਣੇ ਆ ਪਾਉਣੇ 17000 ਕਰੋੜ ਫੰਡ ਉੱਥੇ ਪਹੁੰਚਿਆ ਉਹ ਕਹਿੰਦੇ ਅਸੀਂ ਨਹੀਂ ਵਾਪਸ ਕਰਾਂਗੇ ਅਸੀਂ ਤੇ ਵਰਤਪੂਰਤ ਲਿਆ ਗਾਂ ਤੋਂ ਗਾਂ ਦੇਣਾ ਨਾ ੜਾਨੀਆਂ ਬਾਨੀਆਂ ਨੂੰ ਲੋਨ ਘੋਰ ਕਿੱਥੋਂ ਆਉਂਦੇ ਆ ਇਨਡਾਇਰੈਕਟਲੀ ਇੱਧਰ ਤੋਂ ਇੱਧਰ ਪੈਸਾ ਤੇ ਉਹ ਹੀ ਆ ਜਿਹੜਾ ਘੁੰਮੀ ਤੁਰਿਆ ਜਾਂਦਾ ਹਾਂ ਉਹ ਹੁਣ ਪੈਸੇ ਜਦੋਂ ਇੱਥੇ ਦੇਣੇ ਕੱਢਣੇ ਕਿੱਥੋਂ ਉਹ ਤੇ ਕਹਿੰਦੇ ਸਾਨੂੰ ਹੋਰ ਦਿਓ ਉਹ ਤੇ ਭਾਰੋ ਵਿਦੇਸ਼ਾਂ ਚੋਂ ਜਿਤਨਾ ਮੈਂ ਵਰਲਡ ਬੈਂਕ ਦਾ ਆਈਐਮਐਫ ਦਾ ਹੋਰ ਨਾ ਦਾ ਪੈਸਾ ਉਹਨਾਂ ਤੋਂ ਲੈ ਲੈ ਕੇ ਘਾਟੇ ਪੂਰੇ ਕਰ ਰਹੇ ਤੇ ਤੁਸੀਂ ਉਹਨਾਂ ਤੋਂ ਇਲਾ ਦੇ ਆਲਣੇ ਚੋਂ ਹਾਸ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਤਰ੍ਹਾਂ ਨਹੀਂ ਹੋਣਾ ਉਹਨਾਂ ਨੇ ਸਾਫ਼ ਨਾ ਕਰਤੀ ਵੀ ਐਵੇਂ ਨਾ ਬਹੁਤੇ ਪਣਕੀ ਚੱਲੋਗੇ ਅਸੀਂ ਆਪਣੇ ਕਰਮਚਾਰੀਆਂ ਨੂੰ ਖੁਸ਼ ਕਰਨਾ ਉਹਨਾਂ ਨੂੰ ਅਸੀਂ ਪੂਰੀ ਫੈਮਿਲੀ ਪੈਨਸ਼ਨ ਦੇਣੀ ਇਹਦਾ ਮਤਲਬ ਇਹ ਆ ਫੈਮਿਲੀ ਪੈਨਸ਼ਨ ਫੈਮਿਲੀ ਪੈਨਸ਼ਨ ਦਾ ਮਤਲਬ ਕਿ ਜੇ ਬੰਦਾ ਬਲਾਈ ਏ ਦੁਨੀਆ ਤੋਂ ਚਲੇ ਵੀ ਜਾਂਦਾ ਤਾਂ ਉਹਦੇ ਸਪਾਊਸ ਨੂੰ ਉਹਦਾ ਇੱਕ ਹਿੱਸਾ ਪੈਨਸ਼ਨ ਦਾ ਮਿਲਦਾ ਰਹਿੰਦਾ ਇਹ ਚੰਗੀ ਗੱਲ ਆ ਇੱਥੇ ਕਿਉਂ ਜ਼ਰੂਰੀ ਆ ਇਹ ਵੀ ਆਪਾਂ ਨੂੰ ਸਮਝਣਾ ਚਾਹੀਦਾ ਇੰਡੀਆ 'ਚ ਕਿ ਸਾਡੇ ਕੋਲ ਕੋਈ ਹੋਰ ਸਾਧਨ ਹੈ ਇਲੀ ਸਟੇਟ ਦੀ ਕੋਈ ਸਿਕਿਉਰਿਟੀ ਔਰ ਕਿਹੜੀ ਆ ਲੋਕਾਂ ਨੂੰ ਕੋਈ ਵੀ ਨਹੀਂ ਆ 5-500 ਰੁਪਿਆ ਵੜਾਪਾ ਪੈਨਸ਼ਨ ਪਹਿਲਾਂ ਦਿੰਦੇ ਸੀ ਫਿਰ 750 ਹੋਇਆ ਸ਼ਰਮ 'ਚ ਡੁੱਬ ਮਰਨਾ ਚਾਹੀਦਾ ਧੱਕੇ ਖਾਂਦੀਆਂ ਸੀ 10-10 ਵਾਰੀ ਔਰਤਾਂ ਵਿਚਾਰੀਆਂ 500 ਰੁਪਿਆ ਲੈਣ ਲਈ ਜਾਂਦੀਆਂ ਸੀ ਦਾ ਖਾਨਿਆਂ ਚ ਸਾਡੀ ਪੈਨਸ਼ਨ ਨਹੀਂ ਮਿਲਦੀ ਹੁਣ ਉਹ ਵਧਾ ਕੇ ਪਤਾ ਨਹੀਂ 1500 ਕਿੰਨੀ ਹੋਈ ਅੱਜ ਦੀ ਤਰੀਕ ਦੇ ਵਿੱਚ ਜੇ ਕਿਸੇ ਨੂੰ ਤੁਸੀਂ ਕੱਟੋ-ਕੱਟ ਵੀ ਇੱਕ ਬਜ਼ੁਰਗ ਔਰਤ ਜਾਂ ਕੋਈ ਵੀ 올ਡ ਏਜ ਹੈ ਜੇ 10000 ਤੋਂ ਥੱਲੇ ਦਿੰਨੇ ਆ ਪੈਸਾ ਉਹ ਕੌਣ ਉਹਨੂੰ ਘਰ ਚ ਰੱਖਦਾ ਨਹੀਂ ਉਹ ਕਹਿੰਦੇ ਅੱਖੰਗੀ ਜਾਂਦੀ ਪਰ ਰੱਖੋਗੇ ਇਹਨੂੰ ਨਾ ਮੁੰਡਾ ਰੱਖੇ ਨਾ ਸਗੋਂ ਕੁੜੀਆਂ ਤੇ ਰੱਖ ਲੈਂਦੀਆਂ ਉਹ ੱਤਕੇ ਮਾਰਦੇ ਮੈਂ ਕਿੰਨਿਆਂ ਲੋਕਾਂ ਨੂੰ ਤੁਸੀਂ ਵੀ ਦੇਖਦੇ ਅਸੀਂ ਵੀ ਦੇਖਦੇ ਇਹ ਬੋਝ ਆ ਜਿਤਨਾ ਹੁਣ ਕਾਲ ਜਿੱਤਨਾ ਪ੍ਰਾਣੀਆਂ ਮੁਰਗੀਆਂ ਅੰਡੇ ਦੇਣਾ ਵਟ ਜਾਂਦੀਆਂ ਜਾਂ ਬੌਲ ਦਾ ਕੰਮ ਕਰਨੋਂ हट ਜਾਂਦੇ ਕੱਢ ਦਿੰਦੇ ਸੀ ਬੁੱਛੜਾਂ ਨੂੰ ਦੇ ਦਿੰਦੇ ਸੀ ਤੇ ਨੂੰ ਪੱਠੇ ਪਾਈ ਜਾਣੇ ਕੀ ਕਰਨਾ ਇਹਦਾ ਕੰਮ ਤੇ ਕੋਈ ਹੈ ਨਹੀਂ ਕਈ ਵਿਚਾਰੇ ਸੇਵਾਪਾ ਵਾਲੇ ਹੁੰਦੇ ਸੀ ਉਹ ਖੀਰ ਤਾਂ ਕਹਿੰਦੇ ਕਿੱਲੇ ਤੇ ਹੀ ਮਰੂ ਅਸੀਂ ਨਹੀਂ ਦੇਣਾ ਉਹ ਹਾਲਤ ਬੰਦਿਆਂ ਪ੍ਰਤੀ ਬਜ਼ੁਰਗਾਂ ਪ੍ਰਤੀ ਹੋ ਜਾਂਦੀ ਇਸ ਦਾ ਇਹ ਵੱਡਾ ਸਮਾਜਿਕ ਮੁੱਦਾ ਵੀ ਆਰਥਿਕ ਮੁੱਦਾ ਵੀ ਹੈ ਤੇ ਇਹਨੇ ਰਾਜਨੀਤਿਕ ਰੰਗਤ ਦੀ ਲੈ ਲਈ ਹੈ ਹੁਣ ਅਸਲਮਾਨਿਆ ਅਸਲੀ ਟੈਸਟ ਹੋਊਗਾ ਕਿ ਜਿਹੜੀ ਲੋਕਾਂ ਦੀ ਸਰਕਾਰ ਗਰੀਬਾਂ ਦੀ ਸਰਕਾਰ ਗਰੀਬੀ ਨੂੰ ਦੂਰ ਕਰਦੀ ਆਦੀਆਂ ਆਦੀਵਾਸੀਆਂ ਦੀ ਸਰਕਾਰ ਇਸ ਕਿਸਮ ਦੀਆਂ ਟਾਰਾ ਮਾਰਦੀ ਸੀ ਜੀ ਬੀਜੇਪੀ ਦੀ ਸਰਕਾਰ ਹੁਣ ਉਹ ਇਸ ਜਿਹੜਾ ਸੱਪ ਖੜਾ ਹੋ ਗਿਆ ਐ ਇਹਨਾਂ ਨੂੰ ਦੱਸਣ ਲਈ ਕਿ ਇਸ ਨੂੰ ਠੰਡਾ ਕਰਕੇ ਪਟਾਰੀ ਚ ਕਿਵੇਂ ਪਾਉਣਗੇ ਇਹ ਵੇਖਣ ਵਾਲੀ ਗੱਲ ਹੈ ਜਿਹਨੂੰ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਜਵਾਬ ਦੇ ਵਿੱਚ ਆ ਗਿਆ ਇਹਦਾ ਮਤਲਬ ਇਹ ਮੁੱਦਾ ਆਉਣ ਵਾਲੇ ਸਮੇਂ 'ਚ ਹੋਰ ਤੂਲ ਫੜ ਜਾਊਗਾ। ਔਰ ਕਾਂਗਰਸ ਨੂੰ ਇਹ ਮੁੱਦਾ ਇਸ ਕਰਕੇ ਸੂਟ ਕਰਦਾ। ਸੋ ਕਿ ਸ਼ੁਰੂ ਹੀ ਉਹਨਾਂ ਨੇ ਕੀਤਾ ਵੱਡੇ ਪੱਧਰ ਤੇ ਪਹਿਲਾਂ ਰਾਜਸਥਾਨ 'ਚ ਇੱਥੇ ਬੜੇ ਬੜੇ ਆਉਂਦੇ ਰਹੇ ਪੋਸਟਰ ਆਉਂਦੇ ਰਹੇ। ਹੁਣ ਸੁਖੂ ਜੀ ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਬਣੇ ਹੈਗੇ ਆ ਹਿਮਾਚਲ ਦੇ ਸੌ ਚੁੱਕ ਲਈ ਹੈ। ਉਹਨਾਂ ਨੇ ਇਹ ਕਿਹਾ ਕਿ ਮੇਰਾ ਸਭ ਤੋਂ ਪਹਿਲਾ ਜਿਹੜਾ ਕੰਮ ਹੋਊਗਾ ਉਹ 올ਡ ਪੈਨਸ਼ਨ ਨੂੰ ਬਹਾਲੀ ਦਾ ਅਨਾਉਂਸ ਕਰਨਾ ਹੋਊਗਾ ਅਨਾਉਂਸ ਤੇ ਸਾਡੇ ਵੀ ਵੋਟਾਂ ਵੀ ਲਈਆਂ ਰੌਲਾ ਵੀ ਪਾਇਆ ਭਗਵੰਤ ਜਮਾਨ ਹਨਾ ਨੇ ਤੁਸੀਂ ਵੀ ਸੁਣ ਲਿਆ ਹੋਣਾ ਮੈਂ ਵੀ ਸੁਣ ਲਿਆ ਸੁਖਵਿੰਦਰ ਹੈਰਾਨੀ ਦੀ ਗੱਲ ਨਹੀਂ ਹੈਗੀ ਕਿ ਪਹਿਲਾਂ ਉਹਦੀ ਮਸ਼ਹੂਰੀ ਕੀਤੀ ਵੱਡੇ ਵੱਡੇ ਪੋਸਟਰ ਲਾਏ ਫਿਰ ਕਹਿੰਦੇ ਐਸੀ ਦੇ ਦੇਣੀ ਆ ਦੇ ਦੇਣੀ ਆ ਫਿਰ ਕੈਬਨਿਟ ਚ ਫੈਸਲਾ ਹੋ ਗਿਆ ਕੈਬਨਟ ਤੋਂ ਬਾਅਦ ਫਿਰ ਇਹ ਹੋਇਆ ਕਿ ਨੋਟੀਫਿਕੇਸ਼ਨ ਆ ਨੋਟੀਫਿਕੇਸ਼ਨ ਐਮਪਲਾਈਜ਼ ਨੇ ਕਿਹਾ ਕਿ ਇਹ ਬਿਲਕੁਲ ਇਨਕੰਪਲੀਟ ਹੈ ਪਰ ਅਜੇ ਤੱਕ ਕੇਂਦਰ ਨੂੰ ਲਿਖ ਕੇ ਹੀ ਨਹੀਂ ਪੇਟਿਆ ਕਿ ਜਿਹੜੀ ਹਾਂ ਜਿਹੜੀ 2004 1 ਜਨਵਰੀ 2004 ਤੋਂ ਬਾਅਦ ਲੰਗੜੀ ਪੈਨਸ਼ਨ ਦੇਣੀ ਸ਼ੁਰੂ ਕੀਤੀ ਉਹਦੇ ਬੰਦਿਆਂ ਦੇ ਪੈਸੇ ਆ ਉਹਨਾਂ ਨੂੰ ਹੀ ਵਾਪਸ ਕਰਨੇ ਆ ਹੋਰ ਕੋਈ ਬਹੁਤਾ ਸਰਕਾਰ ਦੀ ਉਲਟਾ ਸਰਕਾਰ ਉਹ ਪੈਸੇ ਨੂੰ ਵਰਤਦੀ ਹੈ ਤੇ ਕਿਤੇ ਨਾ ਕਿਤੇ ਫਾਇਦੇ ਹੀ ਲੈਂਦੀ ਹੈ ਲੋਕਾਂ ਦੇ ਪੈਸੇ ਦਾ ਥੋੜਾ ਬਹੁਤ ਆਪਣਾ ਹਿੱਸਾ ਵੀ ਪਾਉਂਦੇ ਹੋਣਗੇ ਪਰ ਉਹਦੇ ਵਿੱਚ ਉਹਨਾਂ ਕੀ ਜਿੰਨਾ ਕੁ ਵਿਆਜ ਬੂਜ ਵਿੱਚ ਬਣ ਜਾਂਦਾ ਤੇ ਜਦੋਂ ਇੱਥੇ ਆ ਕੇ ਗੱਲ ਖੜੀ ਹੈ ਕਿ ਜਦ ਸਵਾਲ ਕੀਤਾ মিডিਆ ਨੇ ਕਿ ਤੁਸੀਂ ਤਾਂ ਕਹਿੰਦੇ ਅਸੀਂ ਨੋਟੀਫਿਕੇਸ਼ਨ ਤੁਸੀਂ ਲਿਖ ਕੇ ਤੇ ਅਜੇ ਤੱਕ ਭੇਜਿਆ ਨਹੀਂ ਕਿ ਸਾਨੂੰ ਪੈਸੇ ਉਹ ਜਿਹੜੇ ਕਾਗਜ਼ ਕੁੱਝ ਇਕੱਠੇ ਕਰ ਰਹੇ ਆ ਅਜੇ ਗੱਲ ਵੀ ਰੌਲਾ ਪਹਿਲਾਂ ਪਾਓ ਸ਼ੋਰ ਪਹਿਲਾਂ ਮਚਾਓ ਗੁਜਰਾਤ ਦੇ ਵਿੱਚ ਮਸ਼ਾਹੂਰੀਆਂ ਪਹਿਲਾਂ ਕਰਦੋ ਕਿ ਅਸੀਂ ਪੈਨਸ਼ਨ ਸਕੀਮ ਲਿਆ ਰਹੇ ਆ ਤੇ ਇੱਥੇ ਲਿਖ ਕੇ ਵੀ ਨਾ ਕੇਂਦਰ ਨੂੰ ਦਵਾਂ ਇਹਦਾ ਮਤਲਬ ਤੇ ਇਹੀ ਹੈ ਕਿ ਕਿਤੇ ਨਾ ਕਿਤੇ ਚੁੱਪ-ਚੁਪੀਤੇ ਅੰਦਰੋਂ-ਅੰਦਰੋਂ ਇਕੱਠੇ ਹੀ ਹੋ ਕੇ ਸੁਰ ਮਿਲਾਈ ਜਾ ਰਹੀ ਹੈ ਅਸੀਂ ਤੇ ਉਸ ਦਿਨ ਸਮਝਾਂਗੇ ਕਿ ਜਿਸ ਦਿਨ ਇਹ ਖੱਲਾ ਲਿਖ ਕੇ ਨਹੀਂ ਦੇਣਗੇ ਜੇ ਕੇਂਦਰ ਵੱਲੋਂ ਜਵਾਬ ਆਉਂਦਾ ਤੇ ਕੇਂਦਰ ਦੀ ਘੇਰਾਬੰਦੀ ਆਮ ਆਦਮੀ ਪਾਰਟੀ ਟੋਪੀਆਂ ਪਾ ਕੇ ਚਿੱਟੇ ਰੰਗਦੀਆਂ ਉਸੇ ਤਰ੍ਹਾਂ ਹੀ ਕਰੂਗੀ ਜਿਵੇਂ ਪਹਿਲਾਂ ਕਰਦੀ ਹੁੰਦੀ ਹੈ ਤੇ ਕੇਜਰੀਵਾਲ ਉਹਨੂੰ ਲੀਡ ਕਰੂਗਾ ਪਾਰਲੀਮੈਂਟ ਦਾ ਕਰਾਓ ਕਰੂਗਾ ਕਿ ਕੌਣ ਹੁੰਨੇ ਆ ਤੁਸੀਂ ਸਾਨੂੰ ਪੈਨਸ਼ਨ ਦੀ ਨਾ ਕਰਨ ਵਾਲੇ ਇਸ ਕਿਸਮ ਦਾ ਤਾਂ ਤਰਸ ਆਊਗਾ ਨਹੀਂ ਤੇ ਸਾਨੂੰ ਇੰਜ ਲੱਗਦਾ ਕਿ ਇਮਾਨਦਾਰਾਨਾ ਪੂਸ਼ਾ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਨਹੀਂ ਹੋ ਰਹੀ ਜੀ ਸੂਬਿਆਂ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਕੇਂਦਰ ਵੱਲੋਂ ਢੰਗੀਆਂ ਹਵਾਵਾਂ ਨਹੀਂ ਆ ਰਹੀਆਂ ਜਿਹੜਾ ਪੰਜਾਬ ਵੱਲੋਂ ਹਰ ਵਾਰ ਕਿਹਾ ਜਾਂਦਾ ਕਿ ਸਾਡੇ ਨਾਲ ਮਤਰੇਈਮਾਨ ਦਾ ਸਲੂਕ ਕੀਤਾ ਜਾਂਦਾ ਹੈ ਪਰ ਪੰਜਾਬ ਸਰਕਾਰ ਆਪ ਕੀ ਕਰ ਰਹੀ ਹੈ ਇਹ ਵੀ ਵੱਡੇ ਸਵਾਲ ਜਿਵੇਂ ਕਿ ਕੇਂਦਰ ਨੂੰ ਲਿਖ ਕੇ ਤੱਕ ਨਹੀਂ ਭੇਜਿਆ ਓਪੀਐਸ ਸਕੀਮ ਦੇ ਬਾਰੇ ਸਵਾਲ ਪ੍ਰੋਫੈਸਰ ਸਾਹਿਬ ਹੋਰ ਬੜੇ ਨੇ ਇੱਕ ਤਾਂ ਖਬਰ ਲੱਗੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਪਿੱਛੇ ਜਦੋਂ ਚਰਚਾ ਚੱਲੀ ਸੀ ਉਦੋਂ ਐਸਵਾਈਐਲ ਨੂੰ ਲੈ ਕੇ ਉਦੋਂ ਵੀ ਗੱਲ ਕੀਤੀ ਗਈ ਸੀ ਕਿ ਜਿਹੜਾ ਸ਼ਾਰਦਾ ਯਮਨਾ ਲਿੰਕ ਹੈ ਉਹਦੇ ਜ਼ਰੀਏ ਕਿਉਂ ਨਹੀਂ ਹਰਿਆਣੇ ਨੂੰ ਪਾਣੀ ਦਿੱਤਾ ਜਾਂਦਾ ਦਿੱਲੀ ਨੂੰ ਦਿੱਤਾ ਜਾਂਦਾ ਉਹਨਾਂ ਨੂੰ ਜੋੜ ਲਿਆ ਜਾਂਦਾ ਇਹਦੇ ਵਿੱਚ ਹੁਣ ਪੰਜਾਬ ਨੇ ਕਿਹਾ ਸੀ ਕਿ ਸਾਡੀ ਵੀ ਹਿੱਸੇਦਾਰੀ ਪਾਓ ਸਾਨੂੰ ਵੀ ਰੱਖੋ ਇਹਦੇ ਵਿੱਚ ਕੇਂਦਰ ਸਰਕਾਰ ਨੇ ਉੱਥੇ ਵੀ ਨਾ ਕਰ ਦਿੱਤੀ ਫੇਰ ਹੁਣ ਕਿ ਇਹ ਦਰਿਆਈ ਪਾਣੀਆਂ ਦਾ ਮਸਲਾ ਆਪਾਂ ਜਿਵੇਂ ਅੱਗੇ ਪੰਜਾਬ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਇਹ ਲੜਨ ਮਰਨ ਵਾਲਾ ਕੰਮ ਹੈ ਕਿਸ ਤਰ੍ਹਾਂ ਨਿੱਠਿਆ ਜਾਊਗਾ ਇਹਦੇ ਨਾਲ ਇਹ ਵੀ ਉਸੇ ਤਰੀਕੇ ਦਾ ਇੱਕ ਵੱਡਾ ਰਾਜਨੀਤਿਕ ਮੁੱਦਾ ਹੈ ਜਿਵੇਂ ਕੋਈ ਧਰਮ ਦਾ ਮਾਮਲਾ ਰਾਜਨੀਤਿਕ ਮੁੱਦਾ ਸਾਡੇ ਇੱਥੇ ਬਣਦਾ ਕੋਈ ਜਿਹੜੇ ਦੂਸਰੇ ਮੁੱਦੇ ਹੋ ਤੇ ਬਣਦੇ ਨਹੀਂ ਪਰ ਇਹ ਤੇ ਬਹੁਤ ਜ਼ਰੂਰੀ ਮੁੱਦਾ ਜਿਹੜਾ ਬਣਿਆ ਹੋਇਆ ਪਾਣੀਆਂ ਦਾ ਮੁੱਦਾ ਉਹਦੇ ਤੇ ਕਿਸਾਨ ਕਿਸਾਨ ਵੀ ਵੱਡੇ ਪੱਧਰ ਤੇ ਮੋਰਚਾ ਬੰਦੀ ਕਰਨ ਵਾਲੇ ਆ ਬਹੁਤ ਕੁਝ ਆਲਰੇਡੀ ਪਿੰਡੋ ਪਿੰਡੀ ਮਾਰਚ ਉਹਦੇ ਲਈ ਕੀਤਾ ਜਾ ਰਿਹਾ ਚੰਡਾ ਮਾਰਚ ਕੀਤਾ ਜਾ ਰਿਹਾ ਇਸ ਜਿਆ ਕੰਮ ਚੱਲ ਰਿਹਾ ਇਹ ਗੱਲ ਬਿਲਕੁਲ ਵਾਜਬ ਹੈਗੀ ਹੈ ਕਿ ਜਦੋਂ ਤੁਸੀਂ ਉਹ ਪਾਣੀ ਸ਼ਾਰਦਾ ਤੇ ਜਮਨਾ ਦਾ ਇਕੱਠਾ ਕਰਕੇ ਸੁਣਨੇ ਜੇ ਆ ਰਿਹਾ ਕਿ ਗਜਰਾਹ ਤੱਕ ਪਹੁੰਚਾਉਣਾ ਵਿੱਚੋਂ ਪਤਾ ਨਹੀਂ ਕਿੱਥੋਂ ਤੱਕ ਫਿਰ ਇਹਦਾ ਮਤਲਬ ਕੁਝ ਹੀ ਸਾ ਤੇ ਰਾਜਸਥਾਨ ਨੂੰ ਵੀ ਮਿਲੂਗਾ ਗਜਰਾਹ ਨੂੰ ਸਿੱਧਾ ਔਰ ਕਿੱਧਰ ਤੀ ਜਾਊਗਾ ਇਸ ਕਿਸਮ ਦਾ ਪਾਣੀ ਹੋ ਕਦੋਂ ਤੇ ਕਿੱਥੇ ਤੱਕ ਜਾਊਗਾ ਕਿਵੇਂ ਉਸ ਦੇ ਨੇਚਰਲ ਬਹਾਰ ਨੂੰ ਕੱਟ-ਕੱਟ ਕੇ ਕਿੱਧਰ ਨੂੰ ਕਿਵੇਂ ਜਾਊਗਾ ਉਹ ਤੇ ਚਲੋ ਸਾਡਾ ਕੰਮ ਨਹੀਂ ਹੈ ਉਹ ਤੇ ਇੰਜੀਨੀਅਰਿੰਗ ਦਾ ਕੰਮ ਹੈ ਪਰ ਜਦੋਂ ਇੱਥੇ ਤੱਕ ਉੱਥੋਂ ਦਰਿਆ ਓਰੀਜਿਨ ਨਹੀਂ ਹੁੰਦੇ ਜਮਨਾ ਵੀ ਕਿਤੇ ਹੋਰ ਨਿਕਲਦੀ ਆ ਉੱਤਰਾਖੰਡ ਵੱਲੋਂ ਆਉਂਦੀ ਆ ਫਿਰ ਅੱਗੇ ਤੋਂ ਅੱਗੇ ਕਿੱਧਰ-ਕਿੱਧਰ ਕਿਹੜੇ ਜਾ ਕੇ ਬੇ ਆਫ ਬੰਗਾਲ ਤੱਕ ਜਾਂਦੀ ਹੈ ਜਮਨਾ ਗੰਗਾ ਫਿੱਟੇ ਹੋ ਜੇਗੀ ਨਾ ਤੇ ਇਹ ਪਾਣੀ ਦੇ ਕਈਆਂ ਸੂਬਿਆਂ ਨੂੰ ਕਾਟ ਅਕ੍ਰੋਸ ਕਰਦਾ ਇਸ ਨੂੰ ਜੇ ਤੁਸੀਂ ਕਰਕੇ ਰੀ ਡਿਸਟ੍ਰਿਬਿਊਸ਼ਨ ਕਰਨੀ ਇਸੇ ਤਰੀਕੇ ਨਾਲ ਜਿੱਥੇ ਉਮੇਦਾ ਪਾਟਕਰ ਨੇ ਸਰਦਾਰ ਸਰੋਵਰ ਜਿੱਥੇ ਬਣਿਆ ਉਹ ਪਾਣੀਆਂ ਦੀ ਵੀ ਜੇ ਤੋਂ ਗੱਲ ਸੀ ਉਹ ਮੱਧ ਪ੍ਰਦੇਸ਼ ਦਾ ਹੋਰ ਦਾ ਮਹਾਰਾਸ਼ਟਰ ਦਾ ਗੁਜਰਾਤ ਦਾ ਇਸ ਤਰੀਕੇ ਨਾਲ ਕਈ ਸੂਬਿਆਂ ਦਾ ਪਾਣੀ ਦਰਿਆ ਤੇ ਥੋੜੀ ਵੇਖਦਾ ਕਿ ਮੈਂ ਫਲਾਣਿਆ ਸੂਬਾ ਆ ਗਿਆ ਇਸ ਕਰਕੇ ਗਾਂ ਨਹੀਂ ਜਾਣਾ ਤੇ ਇੱਥੇ ਰੋਕਣੇ ਮੈਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਤੇ ਕੁਦਰਤ ਲਈ ਬਾਉਂਡਰੀਜ਼ ਨਹੀਂ ਹੈ ਇਹ ਅਸੀਂ ਲੋਕਾਂ ਨੇ ਆਪਸ ਵਿੱਚ ਲਕੀਰਾਂ ਖਿੱਚੀਆਂ ਆ ਮਹਾਰਾਸ਼ਟਰ ਆ ਤੇ ਆ ਗੁਜਰਾ ਉਹ ਸਾਰਿਆਂ ਲਈ ਬਰਾਬਰ ਦਾ ਨਿਆਮਤ ਹੈ ਜੀ ਸਾਰਿਆਂ ਨੂੰ ਬਰਾਬਰ ਦਾ ਹੌਸਲਾ ਤੇ ਜੀਣ ਦੇ ਅਧਿਕਾਰ ਦਿੰਦੀ ਹੈ ਉਸੇ ਤਰ੍ਹਾਂ ਅਸੀਂ ਵੀ ਪੰਜਾਬ ਵਾਲੇ ਮੰਗ ਕਰ ਰਹੇ ਹਾਂ ਕਿ ਸਾਨੂੰ ਤੁਸੀਂ ਪਾਣੀ ਸਾਡੇ ਕੋਲੋਂ ਲਈ ਤੇ ਜਾਂਦੇ ਆ ਹੋਰ ਵੀ ਮੰਗਦੇ ਆ ਤੇ ਜਦੋਂ ਇਹ ਹੋਰ ਲੰਗਰ ਲੱਗਣ ਹੀ ਲੱਗਾ ਪਾਣੀ ਦਾ ਤੇ ਸਾਨੂੰ ਵੀ ਦੇ ਦਿਓ ਕਟਕਟ ਜਿਹੜਾ ਹੁਣ ਹਰਿਆਣੇ ਨੂੰ ਪਾਣੀ ਜਾ ਰਿਹਾ ਫਿਰ ਉਹੋ ਹੀ ਬੰਦ ਕਰਾ ਦਿਓ ਸਾਡਾ ਵੀ ਕੋਈ ਉਹੋ ਜਿਹਾ ਨਹੀਂ ਰਹਿਊਗਾ ਤੁਹਾਡੇ ਨਾਲ ਕਿ ਸਾਡਾ ਪਾਣੀ ਸਾਡਾ ਪਾਣੀ ਇੱਕ ਵਾਰੀ ਹਰਿਆਣੇ ਵਾਲਾ ਤੇ ਦਿੱਲੀ ਵਾਲਾ ਚੈਪਟਰ ਤੇ ਬੰਦ ਹੋ ਜਾਊਗਾ ਰਾਜਸਥਾਨ ਵਾਲਾ ਅਲੱਗ ਤੌਰ ਤੇ ਪੰਜਾਬ ਵੱਲੋਂ ਨਿਜੀਠਿਆ ਜਾ ਸਕਦਾ ਅਰੇ ਨਾ ਕਰਨੀ ਸਾਫ ਹੀ ਕਹਿ ਦੇਣਾ ਕੇਂਦਰ ਵੱਲੋਂ ਕਿ ਤਾਂ ਤੁਹਾਡੀ ਅਸੀਂ ਅਰਜ਼ੋਈ ਨੂੰ ਰਿਜੈਕਟ ਕੀਤਾ ਕੁਝ ਨਹੀਂ ਹੈ ਇਹ ਪਾਣੀ ਦੇ ਮੁੱਦੇ ਤੇ ਕੇਂਦਰ ਦੇ ਪੰਜਾਬ ਦੇ ਵਿਚਾਰੇ ਆਉਣ ਵਾਲੇ ਸਮੇਂ 'ਚ ਹੋਰ ਤਿੱਖੇ ਤੇਵਰ ਹੋ ਸਕਦੇ ਆ ਇਸ ਕਿਸਮ ਦਾ ਤੁਸੀਂ ਥੋੜਾ ਜਿਹਾ ਅੰਦਾਜ਼ਾ ਇਸ ਜਵਾਬ ਤੋਂ ਕੋਰੀ ਨਾ ਤੋਂ ਪਾਣੀ ਤੋਂ ਪੰਜਾਬ ਨੂੰ ਦੇਣ ਤੋਂ ਅੰਦਾਜ਼ਾ ਲਾ ਸਕਦੇ ਆ ਹੂੰ ਕੇਂਦਰ ਲਗਾਤਾਰ ਪੰਜਾਬ ਦੇ ਜਾਂ ਸੂਬਿਆਂ ਦੇ ਮਸਲਿਆਂ ਨੂੰ ਲੈ ਕੇ ਕੰਨੀ ਘਤਰਾਉਂਦਾ ਆ ਜਦੋਂ ਹੁਣ ਸਰਦਰੁੱਤ ਸੈਸ਼ਨ ਚੱਲ ਰਿਹਾ ਪ੍ਰੋਫੈਸਰ ਸਾਹਿਬ ਦਾ ਜ਼ਿਕਰ ਉੱਥੇ ਕਿਸਾਨਾਂ ਦੀਆਂ ਮੰਗਾਂ ਦਾ ਵੀ ਹੋ ਰਿਹਾ ਕਿ ਤੁਸੀਂ ਵਾਅਦਾ ਖلافੀ ਤਾਂ ਕਰਤੀ ਉਹਨਾਂ ਨੂੰ ਤੋੜਤਾ ਘਰੋ ਕਰੀ ਪਰ ਉਹ ਟੇਕੇ ਨਹੀਂ ਬੈਠੇ ਉਹ ਫਿਰ ਦਿੱਲੀ ਦੀਆਂ ਗਰੂਹਾਂ ਤੇ ਜਾਂਦੇ ਨੇ ਜਾ ਕੇ ਆਪਣੇ ਦਸਤਕ ਦਿੰਦੇ ਨੇ ਹਾਜ਼ਰੀ ਲਵਾਉਂਦੇ ਨੇ ਤੇ ਉੱਥੇ ਜਾ ਕੇ ਸਰਕਾਰ ਨੂੰ ਚੈਲੰਜ ਕਰਦੇ ਨੇ ਕਿ ਤੁਸੀਂ ਐਮਐਸਪੀ ਤੇ ਹੋਰ ਮੰਗਾ ਜਿੰਨਾ ਬਾਰੇ ਤੁਸੀਂ ਕਿਹਾ ਸੀ ਕਿ ਅਸੀਂ ਲਾਗੂ ਕਰਾਂਗੇ ਤੁਸੀਂ ਉਹ ਲਾਗੂ ਨਹੀਂ ਕੀਤੀਆਂ ਤਿਆਰ ਉਹ 2024 ਦੀ ਇਲੈਕਸ਼ਨ ਦੇ ਵਿਚਾਲੇ ਇੱਕ ਸਾਲ ਦਾ ਸਮਾਂ ਆਪਾਂ ਕਹਿ ਸਕਦੇ ਹਾਂ 2023 ਪਿਆ ਤੇ ਕੁਝ ਵੀ ਹੋ ਸਕਦਾ ਕਿਸਾਨ ਵਿਗੜ ਵਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬਹਿੰਦੇ ਨੇ ਜਾਂ ਉਹ ਪਾਰਲੀਮੈਂਟ ਤੱਕ ਪਹੁੰਚ ਕਰਦੇ ਨੇ ਇਹ ਸਾਰਾ ਕੁਝ ਚੱਲ ਰਿਹਾ ਹਰਸਿਮਤ ਬਾਦਲ ਨੇ ਲੋਕ ਸਭਾ ਚ ਮੰਗ ਰੱਖੀ ਆ ਪ੍ਰਨੀਤ ਕੌਰ ਜਿਹੜੇ ਨੇ ਪਟਿਆਲਾ ਤੋਂ ਸੰਸਦ ਉਹਨਾਂ ਨੇ ਮੰਗ ਰੱਖੀ ਆ ਹੋਰ ਵੀ ਐਮਪੀ ਆਪੂ ਆਪਣੀ ਥਾਂ ਦੇ ਉੱਤੇ ਪੰਜਾਬ ਦੇ ਜਿਹੜੇ ਨੇ ਉਹ ਇਸ ਮਸਲੇ ਦੇ ਉੱਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਕਿ ਤੁਸੀਂ ਥੋੜਾ ਇਸ ਪਾਸੇ ਧਿਆਨ ਦਿਓ ਇਹ ਤੇ ਠੀਕ ਹੈ ਕਿਉਂਕਿ ਆਫਟਰ ਆਲ ਜਿਹੜਾ ਅਕਾਲੀ ਦਲ ਤੇ ਬੇਸਿਕਲੀ ਤੇ ਪਿੰਡੂਆਂ ਤੋਂ ਚੱਲਿਆ ਅਕਾਲੀ ਦਲ ਕਿਸਾਨੀ ਦਾ ਅਕਾਲੀ ਦਲ ਇਹ ਕਹਿੰਦੇ ਸੀ ਵੀ ਕਿਸਾਨਾਂ ਦੇ ਵਿੱਚ 70% 80% ਤੇ ਸਾਡੇ ਹੀ ਵਰਕਰ ਤੇ ਸਾਡਾ ਕਾਡਰ ਉੱਥੇ ਬੈਠਾ ਆ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਇਹਦਾ ਆਵਾਜ਼ ਠਾਉਣਾ ਬਿਲਕੁਲ ਮੇਰੇ ਕਹਾਵਾਜ਼ ਬਿਆ ਇਸ ਗੱਲ ਦੇ ਉੱਤੇ ਇੱਕ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਇੱਕ ਰਾਹਤ ਦਾ ਹੀ ਮੈਂ ਇਸ ਨੂੰ ਮੋਕਾ ਸਮੀਦਾ ਕਿ ਘੱਟੋ ਘੱਟ ਚੱਲੋ ਉਹ ਪਾਰਟੀ ਜਿਹੜੀ ਕਿਸੇ ਵੇਲੇ ਉਹਨਾਂ ਦੇ ਨਾਲ ਰਲ ਕੇ ਮੂੰਹ ਬੰਦ ਰੱਖਦੇ ਸੀ ਤੇ ਇਹੋ ਜਿਹੇ ਮੁੱਦੇ ਕਿਸਾਨੀ ਦੇ ਨਹੀਂ ਸੀ ਉਠਾਉਂਦੇ ਜਿਸ ਤਰ੍ਹਾਂ ਵੀ ਬਾਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਉਠਾਇਆ ਮੁੱਦਾ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਉੱਤੇ ਝੂਠੇ ਕੇਸ ਬਣੇ ਆ ਵਾਪਸ ਕਰੋ ਜੋ ਸ਼ਹੀਦ ਹੋਏ ਉਹਨਾਂ ਦਾ ਕੰਪਨਸੇਸ਼ਨ ਪੂਰਾ ਦੇਣਾ ਚਾਹੀਦਾ ਆ ਐਮਐਸਪੀ ਲਾਗੂ ਹੋਣੀ ਚਾਹੀਦੀ ਤੇ ਉਹ ਜੀਆਂ ਬੰਦੀ ਸਿੰਘਾਂ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਉਹ ਰਿਹਾ ਹੋਣੇ ਚਾਹੀਦੇ ਆ ਕਿਉਂਕਿ ਸਿੱਖਾਂ ਦੇ ਨਾਲ ਜਾਂ ਘੱਟ ਗਿਣਤੀਆਂ ਦੇ ਨਾਲ ਇਸ ਦੇਸ਼ ਦੇ ਵਿੱਚ ਇਹ ਵਿਤਕਰਾ ਕਿਸੇ ਤਰੀਕੇ ਨਾਲ ਵੀ ਮਨਜ਼ੂਰ ਨਹੀਂ ਤੇ ਇਹ ਗੱਲਾਂ ਪਾਰਲੀਮੈਂਟ 'ਚ ਫਾਰਮਲੀ ਰਿਕਾਰਡ ਕਰਾਉਣੀਆਂ ਅਠਾਉਣੀਆਂ ਇਹ ਪੰਜਾਬ ਲਈ ਇੱਕ ਰਾਹਤ ਦਾ ਮੌਕਾ ਹੀ ਮੈਨੂੰ ਮਾਣ ਹਮ ਜਿਤ ਤੱਕ ਸਵਾਲ ਯੂਨੀਫਾਰਮ ਸਿਵਲ ਕੋਡ ਦਾ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਖਿਲਾਫ ਦਾ ਰੋਲਾ ਮੈਨੂੰ ਲੱਗਦਾ ਹੈ ਕਿ ਅਗਲੇ ਦਿਨਾਂ 'ਚ ਇਹਦੇ ਉੱਤੇ ਵੀ ਵਧੇਨ ਆਲਾ ਸੁਖਵਿੰਦਰ ਇਹ ਹੀ ਦੋ ਚੀਜ਼ਾਂ ਆ ਦੇਖਣ ਵਾਲੀਆਂ ਇੱਕ ਪਾਸਿਓ ਜਿਹੜਾ ਧੱਕਾ ਲਾਇਆ ਜਾਊਗਾ ਕੇਂਦਰ ਵੱਲੋਂ ਯੂਸੀਸੀ ਯੂਨੀਫਾਰਮ ਸਿਵਲ ਕੋਡ ਯੂਸੀਸੀ ਦਾ ਔਰ ਦੂਜੇ ਪਾਸਿਓ ਚੱਲੂਗਾ ਓਪੀਐਸ 올ਡ ਪੈਨਸ਼ਨਸ ਕੀ ਜਾਂ ਇਹੋ ਜਿਹਾਂ ਕੁਝ ਰਲਦੀਆਂ ਮਿਲਦੀਆਂ ਗੱਲਾਂ ਦੂਜੇ ਮਤਲਬ ਵਿਰੋਧੀ ਪਾਰਟੀਆਂ ਵੱਲੋਂ ਕਿਉਂਕਿ ਇਹ ਘੇਰੀ ਸਥਿਤੀ ਕਿਹਨੇ ਜਾਣਨੀ ਹੈ ਯੂਸੀਸੀ ਦਾ ਮਤਲਬ ਇਹੀ ਹੈ ਕਿ ਹਰ ਧਰਮ ਦੇ ਆਪਣੇ ਆਪਣੇ ਸੂਲ ਹੈ ਜਿ ਤਰ੍ਹਾਂ ਹੁਣ ਇਸਲਾਮ ਦੇ ਵਿੱਚ ਫਾਰਮਲੀ ਅਲਾਉਡ ਹੈ ਕਿ ਤੁਸੀਂ ਤਿੰਨ ਚਾਰ ਵਿਆਹ ਕਰਾ ਸਕਦੇ ਹੋ ਹਾਲਾਂਕਿ ਹੋ ਨਹੀਂ ਸਕਦੇ ਉਹ ਇਸ ਕਰਕੇ ਨਹੀਂ ਸਕਦੇ ਕਿ ਰੱਬ ਵੱਲੋਂ ਔਰਤਾਂ ਵੀ ਉਨੀਆਂ ਹੀ ਆ ਜਿੰਨੇ ਬੰਦੇ ਆ ਜੇ ਇੱਕ ਬੰਦਾ ਚਾਰ ਔਰਤਾਂ ਨਾਲ ਵਿਆਹ ਕਰਾ ਲੂ ਤੇ ਤਿੰਨ ਘਰੇ ਵੀ ਤੇ ਬੈਠੇ ਰਹਿ ਜਾਣਗੇ ਛੜੇ ਬੈਠੇ ਛੜੇ ਰਹਿ ਜਾਣਗੇ ਕਿਉਂਕਿ ਉਹਨਾਂ ਨੂੰ ਜੇ 50 50 50% ਤੋਂ ਘੱਟ ਹੀ ਔਰਤਾਂ ਓਵਰਆਲ ਸਟੈਟਿਸਟਿਕਸ ਦੇ ਵਿੱਚ ਹੁੰਦੀਆਂ ਤਾਂ ਇਸ ਲਈ ਸਖਵਿੰਦਰ ਉਹ ਜਿਹੜੇ ਲੋਕਾਂ ਦੇ ਇੱਕ ਆਪਣੇ ਪ੍ਰਾਣੇ ਤੌਰ ਤਰੀਕੇ ਆ ਸ਼ਾਦੀਆਂ ਦੇ ਵਿਆਹਾਂ ਦੇ ਇਹ ਸਾਰਾ ਕੁਝ ਜਿਹੜਾ ਉਸ ਨੂੰ ਤੁਸੀਂ ਤੋੜ ਕੇ ਇਹ ਕਹੋ ਕਿ ਤੁਸੀਂ ਇੱਕ ਬਿਲਕੁਲ ਸੰਵਿਧਾਨਿਕ ਸਿੰਗਲ ਕੋਡ ਬਣਾ ਲੋਗੇ ਬਣਾ ਲਓ ਕੋਈ ਹਰਜ ਨਹੀਂ ਹੈ ਜੇ ਤੁਹਾਡੇ ਕੋਲ ਹਿਊਮਨਿਟੇਰੀਅਨ ਐਂਡਸ ਹੈਗੇ ਆ ਜੈਂਡਰ ਆ ਔਰਤਾਂ ਦੇ ਹੱਕ 'ਚ ਤੁਸੀਂ ਕੋਈ ਉਹਨਾਂ ਦੀ ਗੱਲ ਕਰਨੀ ਚਾਹੁੰਦੇ ਪਰ ਉਸ ਨੂੰ ਇਸ ਢੰਗ ਨਾਲ ਨਾ ਲੈ ਕੇ ਆਓ ਕਿ ਜਿੱਥੇ ਬਰਾਦਰੀਆਂ ਇਹ ਮਹਿਸੂਸ ਕਰਨ ਕਿ ਸਾਡੇ ਸਿਰ ਤੇ ਘਵਾੜਾ ਮਾਰਿਆ ਜਾ ਰਿਹਾ ਹੈ ਸਾਡੇ ਸੰਸਕਾਰਾਂ ਨੂੰ ਜਿਹੜਾ ਪੈਰਾ ਹਟ ਰੂਲਿਆ ਜਾ ਰਿਹਾ ਜਾਂ ਸਾਡੇ ਧਾਰਮਿਕ ਕੋਈ ਵੀ ਜਿਹੜੀਆਂ ਚੀਜ਼ਾਂ ਆ ਉਸ ਤੇ ਹਮਲਾ ਕੀਤਾ ਜਾ ਰਿਹਾ ਇਸ ਪਰਕੀਤਾ ਇੰਜ ਹੀ ਜਾ ਰਿਹਾ ਉਹਦੇ ਨਾਂ ਦੇ ਉੱਤੇ ਹੋਊਗਾ ਕਿ ਜਿਹੜਾ ਹਿੰਦੂ ਸਿਵਲ ਕੋਡ ਆ ਉਸੇ ਨੂੰ ਯੂਨੀ ਇਸਤਰੀ ਕੇ ਨਾਲ ਯੂਨੀਫਾਰਮ ਸਿਵਲ ਕੋਡ ਦਾ ਨਾਂ ਦਿੱਤਾ ਜਾਊਗਾ ਬਾਈ ਐਂਡ ਲਾਰਜ ਜਦੋਂ ਇਹ ਹੋਊਗਾ ਤੇ ਬਾਕੀ ਘੱਟ ਗਿਣਤੀਆਂ ਕੁਦਰਤੀ ਆ ਭਾਵੇਂ ਉਹ ਸਿੱਖ ਆ ਜੋ ਇਹ ਇੱਥੇ ਵੀ ਤਾਂ ਮੀ ਹੁਣਾ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਆ ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਕਿ ਇਹ ਮਾੜੀ ਗੱਲ ਆ ਇਹ ਕੱਟ ਗਿਣਤੀਆਂ ਨੂੰ ਥੱਲੇ ਲਾਉਣ ਲਈ ਕੱਚੇ ਲਾਉਣ ਦੇ ਤਰੀਕੇ ਕੇਂਦਰ ਵੱਲੋਂ ਹੈਗੇ ਆ ਮੇਰਾ ਖਿਆਲ ਹੈ ਕਿ ਜਦੋਂ ਕੇਂਦਰ ਵੱਲੋਂ ਪਹਿਲਾਂ ਹੀ ਆਪਣਾ ਸੁਖਵਿੰਦਰ ਜੀ ਤੁਸੀਂ ਦੇਖਦੇ ਆ ਕਿ ਲਗਾਤਾਰ ਧਾਰਮਿਕ ਜਿੱਥੇ ਲੋਕਾਂ ਦੇ ਵਿੱਚ ਬੇਤਫਾਕੀ ਵਧੇ ਉਹਨਾਂ ਚ ਨਫਰਤ ਵਧੇ ਜਾਂ ਜਾਤੀਗਤ ਨਫਰਤ ਵਧੇ ਉਦਾਹੀ ਫੇਦਾ ਲੈ ਕੇ ਇਸ ਸਮਾਜ ਨੂੰ ਕਮਜ਼ੋਰ ਰੱਖ ਕੇ ਵੋਟਾਂ ਵਟੂਰੀਆਂ ਜਾਣੇ ਉਹ ਜਿਹਨੂੰ ਕਹਿੰਦੇ ਆ ਕਿ ਬਿੱਲੀਆਂ ਦੀ ਲੜਾਈ 'ਚ ਬਾਂਦਰ ਦਾ ਰੋਟੀ ਖਾ ਜਾਣਾ ਤੇ ਬਾਕੀ ਬਿਆਂ ਨੂੰ ਬਿੱਲੀਆਂ ਵਾਂਗੂ ਲੜਾ ਕੇ ਆਪਣੇ ਕੇਂਦਰ ਵਿੱਚ ਸੱਤਾ ਤੇ ਕਾਬਜ ਰਹਿਣਾ ਚਾਹੁੰਦੇ ਆ ਉਹ ਲੋਕ ਬਿੱਲੀਆਂ ਕਿੰਨੀਆਂ ਕਿ ਸਿਆਣੀਆਂ ਹੁੰਦੀਆਂ ਇੰਜ ਨਾ ਸਮਝ ਲਿਓ ਕਿ ਲੋਕਾਂ ਨੂੰ ਮੈਂ ਬਿੱਲੀਆਂ ਕਹਿ ਰਿਹਾ ਇਹ ਲੋਕਾਂ ਦੀਆਂ ਕਹਾਣੀਆਂ ਪ੍ਰਚਲਿਤ ਕਹਾਣੀਆਂ 'ਚੋਂ ਮੈਂ ਗੱਲ ਕਰ ਰਿਹਾ ਕਿ ਜੇ ਉਹ ਆਪਸ ਵਿੱਚ ਲੋਕ ਕਿੰਨੇ ਸਿਆਣੀਆਂ ਕਿ ਪੰਜਾਬ ਦੇ ਵਿੱਚ ਤੇ ਘੱਟੋ ਘੱਟ ਇਹ ਕੰਮ ਸੌਖਾ ਨਹੀਂ ਕਿ ਲੋਕਾਂ ਵਿੱਚ ਧਾਰਮਿਕ ਨਫ਼ਰਤ ਫਲਾ ਦਿਓ ਮਾੜੀ-ਮੋਟੀ ਕੋਸ਼ਿਸ਼ ਹੁੰਦੀ ਆ ਕਦੀ ਕਿ ਸੱਜੀਆਂ ਕਦੀ ਕਬੀਆਂ ਪਰ ਉਹ ਚੱਲਦੀ ਨਹੀਂ ਅੱਗ ਨਹੀਂ ਫੜਦੀ ਉਹ ਫੜਨੀ ਵੀ ਨਹੀਂ ਇੱਥੇ ਸਿੱਖੀ ਦਾ ਜਾਂ ਪੰਜਾਬੀਆਂ ਦਾ ਇੱਕ ਆਪਣਾ ਹੀ ਇੰਨਾ ਜ਼ਿਆਦਾ ਇੱਕ ਦੂਜੇ 'ਚ ਮਿਕਸ ਆ ਪਏ ਗਿਆ ਹਰ ਹਰ ਪੱਦਰ ਦੇ ਉੱਤੇ ਜੁੜੇ ਆ ਕਿ ਉਹ ਆਪਸ ਵਿੱਚ ਦੁਸ਼ਮਣੀ ਨੂੰ ਨਾਤੇ ਉਹ ਪਾ ਸਕਦੇ ਆ ਜੇ ਪਾਉਣਗੇ ਤਾਂ ਉਸ ਨੂੰ ਨਿਭਾ ਨਹੀਂ ਸਕਦੇ ਆ ਇਸ ਲਈ ਸਾਡੇ ਤੇ ਰਿਸ਼ਤੇ ਹੀ ਇਸ ਕਿਸਮ ਦੇ ਹੈਗੇ ਸਾਰਿਆਂ ਨਾਲ ਇੱਕ ਦੂਜੇ ਨਾਲ ਉਹ ਤੇ ਐਵੇਂ ਬਾਰੋਂ ਫਰਕ ਹੈ ਬਾਕੀ ਸਾਰੇ ਬਹੁਤ ਸਾਰੇ ਹਿੰਦੂ ਗੁਰਦੁਆਰੇ ਚ ਉਹਨੇ ਆਸ ਰੱਖਦੇ ਆ ਬਹੁਤ ਸਾਰੇ ਸਿੱਖ ਜਿਹੜੇ ਮਾਤਾ ਦੇ ਪਹਾੜਾਂ ਤੇ ਕਿਹੜੀ ਕਿਹੜੀ ਦੇਵੀ ਦੇ ਦਰਸ਼ਨ ਨਹੀਂ ਕਰਦੇ ਇਸ ਲਈ ਤੁਸੀਂ ਇੱਥੇ ਇਸ ਤਰ੍ਹਾਂ ਕਰਨਾ ਕਿਉਂਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਰੇ ਧਰਮਾਂ ਦਾ ਇੱਕ ਕਾਠ ਹੈ ਉਹਦੇ ਚ ਬਾਣੀ ਸਾਰੇ ਧਰਮਾਂ ਦੀ ਹੈ ਸਾਰੀਆਂ ਜਾਤਾਂ ਕਿੰਨੀਆਂ ਜਾਤਾਂ ਦੀ ਹੈਗੀ ਤੇ ਇਸ ਲਈ ਤੁਸੀਂ ਉਸ ਨੂੰ ਅਲੱਗ-ਅਲੱਗ ਕਿਵੇਂ ਕਰੋਗੇ ਇਥੇ ਉਹ ਇੱਕ ਜੋੜ ਤੇ ਹੈ ਸੀਮੈਂਟ ਹੈ ਸਾਨੂੰ ਉਹ ਪ੍ਰੇਰਦੀ ਹੈ ਲਗਾਤਾਰ ਕਿ ਆਪਾਂ ਧਰਮ ਤੇ ਜਾਤੀ ਦੇ ਨਾਂ ਦੇ ਉੱਤੇ ਆਪਸ ਵਿੱਚ ਬੇਇਤفاقੀ ਨਹੀਂ ਪਾਉਣੀ ਨਾ ਪ੍ਰਤੀਤ ਨਹੀਂ ਪਾਉਣੀ ਆਪਸ ਵਿੱਚ ਵੈਰ ਵਿਰੋਧ ਨਹੀਂ ਵਧਾਉਣਾ ਤੇ ਇਸ ਲਈ ਪੰਜਾਬ ਤੇ ਇਹਦੇ ਤੋਂ بچਿਆ ਪਰ ਬਾਕੀ ਸਾਰੇ ਦੇਸ਼ ਦੇ ਵਿੱਚ ਤੁਸੀਂ ਗੁਜਰਾਤ ਦੇ ਵਿੱਚ ਇੰਨੀਆਂ ਕਿਵੇਂ ਪਈਆਂ ਉੱਥੇ 9.5 10% ਮੁਸਲਮ ਹੈਗੇ 9.5% ਉਹਨਾਂ ਨੂੰ ਸਕੀਪ ਗੋਟ ਬਣਾ ਕੇ ਉਹਨਾਂ ਬਣਾ ਕੇ ਬਾਕੀ ਐ ਨਹੀਂ ਕੱਲਾ ਇਹੀ ਹੈ ਕੱਲਾ ਤਰਬ ਦਾ ਨਾਂ ਤੇ ਨਹੀਂ ਹੈ ਬਹੁਤ ਕੁਝ ਰਾਹਤਾਂ ਦਿੱਤੀਆਂ ਜਾਂਦੀਆਂ ਮਹਾਰਾਸ਼ਟਰਾ ਤੇ ਗਜਰਾਤ ਦੀ ਦੋ ਸੂਪੇ ਆ ਜਿੱਥੇ ਵੱਡੀ ਪੱਦਰ ਚ ਇੰਡਸਟਰੀ ਜਾ ਰਹੀ ਹੈ ਵੱਡੀ ਪੱਦਰ ਤੇ ਰਾਹਤਾਂ ਦੇ ਕੇ ਇੰਡਸਟਰੀ ਨੂੰ ਕਿਉਂਕਿ ਦੋਵੇਂ ਹੀ ਸੂਰਤ ਰਾਂ ਜਾਂ ਹੋਰ ਨਾਲ ਉਲਾੜ ਸਮੁੰਦਰ ਦੇ ਨਾਲ ਲੱਗਦੇ ਤੱਟ ਦੇ ਨਾਲ ਲੱਗਦੇ ਉਹਨਾਂ ਦਾ ਮਾਹੌਲ ਵੀ ਠੀਕ ਹੈ ਜਿਸ ਤਰ੍ਹਾਂ ਫਿਜ਼ੀਕਲ ਲੋਕੇਸ਼ਨ ਵੀ ਠੀਕ ਹੈ ਉਹ ਕੁੱਲ ਮਿਲਾ ਕੇ ਤੇ ਦੇਸ਼ ਦੇ ਵਿੱਚ ਜੇ ਕੋਈ ਤਰੱਕੀ ਦਾ ਜਿੱਥੋਂ ਵੱਡੀ ਜੀਐਸਟੀ ਜਾਂ ਹੋਰ ਟੈਕਸ ਵਗੈਰਾ ਆ ਰਿਹਾ ਹੈ ਸਰਕਾਰ ਨੂੰ ਤੇ ਦੋ ਵੱਡੀਆਂ ਸਟੇਟਾਂ ਹੈਗੀਆਂ ਜਿੱਥੋਂ ਇੰਡਸਟਰੀ ਏਡੇ ਵੱਡੇ ਪੱਧਰ ਤੇ ਜਾ ਰਹੀ ਹੈ ਨੇ ਚ ਵੀ ਦੋ ਜ਼ਿਲ੍ਹਿਆਂ ਚ ਕਾਫੀ ਦਿੱਲੀ ਦੇ ਅਰਾਊਂਡ ਫਰੀਦাবাদ ਤੇ ਗੁਰਗਾਉਂ ਦੇ ਵਿੱਚ ਇੰਡਸਟਰੀ ਹੈਗੀ ਇਸ ਕਿਸਮ ਦਾ ਪੰਜਾਬ ਨੂੰ ਤੇ ਇਸ ਤੋਂ ਇਹਨਾਂ 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 ਰਾਹਤਾਂ ਤੋਂ ਬਾਹਰ ਆ ਔਰ ਪਰ ਚਿੰਨਹੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਕਹੋ ਕਿ ਇਸ ਕਾਰਡ ਦੇ ਨਾਲ ਉਹ ਇਸ ਕਿਸਮ ਦਾ ਕਰਕੇ ਇਹ ਸਾਨੂੰ ਸਾਡੇ ਉੱਤੇ ਹਾਵੀ ਹੋਣਗੇ ਧਾਰਮਿਕ ਦਾ ਜਾਤਾਂ ਦਾ ਜਾਂ ਉਸ ਕਿਸਮ ਦਾ ਉਹ ਨਹੀਂ ਹੈ ਪਰ ਇਹ ਓਵਰਆਲ ਇਹ ਲੈ ਕੇ ਇਹੋ ਹੀ ਚੱਲਣਗੇ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਕਿ ਇੱਕ ਪਾਸੇ 올ਡ ਪੈਨਸ਼ਨ ਸਕੀਮ ਦਾ ਹੋਊਗਾ ਦੂਜੇ ਪਾਸੇ ਧਰਮਾਂ ਦੇ ਬੋਲਬਾਲੇ ਦੇ ਉੱਤੇ ਕਿ ਇਹ ਯੂਨੀਫਾਰਮ ਸਿਵਲ ਕੋਡ ਜਾਂ ਕੁਦਰਤੀ ਭਟਕਤੇ ਆ ਲੋਕ ਅੱਗੇ ਵੀ ਬਥੇਰਾ ਹੋਇਆ ਸੀ ਅੱਗੇ ਵੀ ਇਹਨਾਂ ਨੇ ਇੰਟਰਫੀਅਰ ਮੁਸਲਮ ਲਾਅ ਦੇ ਵਿੱਚ ਕੀਤਾ ਸੀ ਜਦੋਂ ਪਰ ਮੈਂ ਨਾਲ ਇੱਕ ਗੱਲ ਇੱਥੇ ਜ਼ਰੂਰ ਐਜ਼ ਅ ਫੁੱਟਨੋਟ ਦੇਣਾ ਚਾਹੁੰਦਾ ਹਾਂ ਕਿ ਧਰਮਾਂ ਦੇ ਅੰਦਰ ਵੀ ਇੱਕ ਸਹਿਣਸ਼ੀਲਤਾ ਪੈਦਾ ਕਰਨੀ ਚਾਹੀਦੀ ਹੈ ਕਿ ਜਿਵੇਂ ਜਿਵੇਂ ਸਮਾਜ ਬਦਲਦਾ ਜਿਵੇਂ ਜਿਵੇਂ ਸਭਿਆਤਾ ਬਦਲਦੀਆਂ ਜਿਵੇਂ ਜਿਵੇਂ ਸਾਡੀ ਹਰ ਇਨਫੋਰਮੇਸ਼ਨ ਬਦਲ ਰਹੀ ਹੈ ਕਿ ਅਸੀਂ ਕੋਈ ਐਵੇਂ ਹੀ ਬਹੁਤੀ ਪਛੜੇ ਜੇ ਅਜੀਬ ਕਿਸਮ ਦੇ ਪਰਿੰਦੇ ਨਾ ਲੱਗিয়ে ਸਾਨੂੰ ਆਪਣੇ ਅੰਦਰੂਨੀ ਖਾਮੀਆਂ ਨੂੰ ਭਾਵੇਂ ਉਹ ਧਰਮ ਹੋਵੇ ਭਾਵੇਂ ਕੋਈ ਵੀ ਸੂਬਿਆਂ ਦੇ ਲੋਕ ਹੋਣ ਖਾਸ ਕਰਕੇ ਧਰਮਾਂ ਨੂੰ ਵੀ ਬਿਲਕੁਲ ਇੱਕ ਮੂਲ ਜੜ ਨੂੰ ਫੜ ਕੇ ਬੈਠ ਜਾਣਾ ਤੇ ਉਹਦੇ ਬਾਰੇ ਕੋਈ ਰਿਵਿਊ ਨਾ ਕਰਨਾ ਇਹ ਵੀ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਸਾਰੇ ਦੁਨੀਆਂ ਦੇ ਵੱਡੇ ਧਰਮ ਰਿਵਿਊ ਕਰਕੇ ਸਮੇਂ ਦੇ ਹਾਣੀ ਹੁੰਦੇ ਰਹਿੰਦੇ ਆ ਉਹ ਸਾਨੂੰ ਵੀ ਭਾਵੇਂ ਉਹ ਇਸਲਾਮ ਆ ਭਾਵੇਂ 크ਰਿਸਚੀਅਨਟੀ ਆ ਭਾਵੇਂ ਸਿੱਖ ਧਰਮ ਆ ਜਾਂ ਹੋਰ ਜਿੰਨੇ ਵੀ ਜੈਨ ਆ ਬੁੱਧ ਦੇ ਸਮਿਆਂ ਉਹਨਾਂ ਨੂੰ ਜਿੱਥੇ-ਜਿੱਥੇ ਕੋਈ ਲੋਡ ਮਹਿਸੂਸ ਹੋਵੇ ਕਿ ਹੁਣ ਸਾਨੂੰ ਇਸ ਮੁਤਾਬਕ ਆਪਣੇ ਆਪ ਨੂੰ ਨਵੇਂ ਸਮਿਆਂ ਦੇ ਮੁਤਾਬਕ ਉਹਦੇ ਹਾਣੀ ਹੋਣ ਲਈ ਤਰਮੀਮਾਂ ਕਰਨੀਆਂ ਚਾਹੀਦੀਆਂ ਤੇ ਉਹ ਕਰਨ ਲਈ ਓਪਨ ਰਹਿਣਾ ਚਾਹੀਦਾ ਹੂੰ ਜਿੰਦ ਤੱਕ ਸਵਾਲ ਅਮਰਤਪਾਲ ਸਿੰਘ ਦੇ ਉਸ ਬਿਆਨ ਦੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ Hindu ਵਪਾਰੀ ਉਸ ਤਰੀਕੇ ਦੇ ਨਾਲ ਵੱਡੇ ਵਪਾਰੀ ਕਿਉਂ ਨਹੀਂ ਬਣ ਸਕੇ ਆਜ਼ਾਦੀ ਤੋਂ ਬਾਅਦ ਜਿਵੇਂ ਗੁਜਰਾਤ ਦੇ ਬਣ ਗਏ ਕੀ ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਫਿਰ ਇਹਦਾ ਕਾਰਨ ਕੀ ਹੈ ਕਿ ਪੰਜਾਬ ਦੇ ਹਿੰਦੂ ਵਪਾਰੀਆਂ ਚ ਤੇ ਗੁਜਰਾਤ ਦੇ ਹਿੰਦੂ ਵਪਾਰੀਆਂ ਇਸ ਫਰਕ ਦਾ ਵਪਾਰੀ ਤਾਂ ਪੂਰੇ ਮੁਲਕ ਦੇ ਵਿੱਚ ਵੀ ਨੇ ਆਹੋ ਇਹ ਕੋਈ ਧਾਰਮਿਕ ਸਟੇਟਮੈਂਟ ਨਹੀਂ ਹੈ ਤੇ ਸਿੱਧੀ ਸਿੱਧੀ ਰਾਜਨੀਤਿਕ ਸਟੇਟਮੈਂਟ ਹੈਗੀ ਅਮਰਪਾਲ ਹੁਣਾ ਜੀ ਤੇ ਕੋਈ ਮਾੜੀ ਗੱਲ ਨਹੀਂ ਇਹ ਗੱਲ ਦੱਸਣ ਲਈ ਕਿ ਇਹ ਜਵਾਬ ਹੈ ਬੀਜੇਪੀ ਨੂੰ ਕਿ ਤੁਸੀਂ ਕਦੀ ਸ਼ਹਿਰੀ ਤੇ ਕਦੀ ਪਿੰਡੂ ਤੇ ਕਦੀ ਸਿੱਖ ਤੇ ਕਦੀ ਹਿੰਦੂ ਇਹੋ ਜੀਆਂ ਗੱਲਾਂ ਕਰਦੇ ਆ ਤੇ ਉਹ ਤੇ ਵਪਾਰੀ ਤੇ ਹਿੰਦੂ ਇਹ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਉਹਨਾਂ ਭਾਈਆਂ ਦਾ ਕੀਤਾ ਕੀ ਲੜਾਉਣ ਤੋਂ ਸਵਾਏ ਤੁਸੀਂ ਇਹੋ ਜੀਆਂ ਕੋਈ ਸਕੀਮਾਂ ਕੱਢ ਕੇ ਲਿਆਉਂਦੇ ਆ ਉਹਨਾਂ ਨੂੰ ਰਾਤ ਹਿਮਾਚਲ ਨੂੰ ਰਾਤ ਦੇਣੇ ਆ ਹੋਰ ਸਾਰੇ ਗੁਜਰਾਤ ਨੂੰ ਹੁਣੇ ਬੜੀਆਂ ਬੜੀਆਂ ਕੰਪਨੀਆਂ ਮਹਾਰਾਸ਼ਟਰਾ ਤੱਕ ਹੋ ਕੇ ਉੱਥੇ ਤੁਸੀਂ ਲੈ ਕੇ ਈਵਨ ਜਿਹੜੀ ਨਾਨੋ ਬਣਨੀ ਸੀ ਪੱਛਮੀ ਬੰਗਾਲ ਚੋਂ ਉਥੋਂ ਹਾਂ ਚੱਕ ਕੇ ਇੱਥੇ ਤੁਸੀਂ ਗੁਜਰਾਤ ਚ ਲੈ ਕੇ ਤੇ ਹਰ ਵੱਡੀ ਇੰਡਸਟਰੀ ਜਿਹੜੀ ਹੈ ਉਹਨੂੰ ਤੁਸੀਂ ਲੈ ਕੇ ਜਾਣੇ ਆ ਤਾਂ ਉਰਥੇ ਚਲੋ ਕਾਰਪੋਰੇਟ ਲੋਕਾਂ ਨੂੰ ਵੀ ਸਹੂਲਤਾਂ ਮਿਲਦੀਆਂ ਇੱਕ ਤੇ ਟੈਕਸ ਦਾ ਵੀ ਸ਼ਾਇਦ ਉਸ ਕਿਸਮ ਦਾ ਇਹਨਾਂ ਨੇ ਥੋੜਾ ਬਹੁਤ ਮੂੰਹ ਫਰਾ ਕਰ ਲੈਂਦੇ ਹੋਣਗੇ ਤੇ ਹੋਰ ਰਾਸਤਾ ਵੀ ਹੋਣਗੇ ਬਿਜਲੀ ਆਪਣੀ ਜ਼ਮੀਨ ਤੇ ਉਹ ਉਹਨਾਂ ਕੋਲ ਇਹੋ ਜੀ ਜ਼ਮੀਨ ਕੁਛ ਹੈਗੀ ਜਿਹੜੀ ਉਪਜਾਊ ਜ਼ਮੀਨ ਨਹੀਂ ਉਹ ਤੇ ਵੱਡੇ ਪੱਧਰ ਤੇ ਦੇ ਹੀ ਸਕਦੇ ਉਹਦੀ ਕੋਈ ਦਿੱਕਤ ਹੀ ਨਹੀਂ ਹੈ ਜ਼ਮੀਨ ਦੀ ਤੇ ਆਵਾਜਾਈ ਦੇ ਸਾਧਨ ਖਾਸ ਕਰਕੇ ਸਮੁੰਦਰ ਨਾਲ ਲੱਗਣ ਕਰਕੇ ਉਹ ਸੌਖੀ ਟਰਾਂਸਪੋਰਟੇਸ਼ਨ ਦੇਸ਼ ਦੇ ਵਿਦੇਸ਼ ਦੇ ਵਿੱਚ ਹੁੰਦੀ ਇਹ ਸਾਰਾ ਕੁਲ ਮਾਹੌਲ ਉੱਥੇ ਦਾ ਫਿਰ ਉਹਨਾਂ ਦਾ ਕਰੈਕਟਰ ਵੀ ਬਿਜ਼ਨਸਮੈਨ ਵਾਲਾ ਹੀ ਹੈ ਉਹ ਸੂਰਤ ਇੰਡਸਟਰੀ ਬੜੀ ਵੱਡੀ ਆ ਡਾਇਮੰਡ ਇੰਡਸਟਰੀ ਆ कॉटन ਟੈਕਸਟਾਈਲ ਇੰਡਸਟਰੀ ਆ ਹੋਰ ਇੰਡਸਟਰੀ ਉੱਥੇ ਕਈ ਕਿਸਮ ਦੀਆਂ ਹੈਗੀਆਂ ਜਿਹੜੀਆਂ ਵੀ ਅ ਉੱਥੇ ਇਸ ਸ਼ੁਰੂ ਤੋਂ ਹੀ ਜਿਹੜਾ ਉਹਨਾਂ ਦਾ ਕਲਚਰਲ ਕੈਰੈਕਟਰ ਵੀ ਹੈ ਉਹ ਕਾਫੀ ਬਿਜ਼ਨਸਮੈਨ ਬੜਾ ਕਿਉਂਕਿ ਸ਼ੁਰੂ ਤੋਂ ਉਹਨਾਂ ਦੀ ਲੋਕੇਸ਼ਨ ਇਹ ਹੋਜੀ ਸੂਰਤ ਉਹ ਬਹੁਤ ਪੁਰਾਣੀ ਪੋਰਟ ਹੈਗੀ ਆ ਅ ਪੰਜਾਬ ਇਸ ਤੋਂ ਵਿਹੂਨਾ ਰਿਹਾ ਸਾਡਾ ਕਰਾਚੀ ਨਾਲ ਲੱਗਦਾ ਸੀ ਉਹ ਤੇ ਪਾਕਿਸਤਾਨ ਚ ਚਲਾ ਗਿਆ ਹੁਣ ਅਸੀਂ ਲੈਂਡ ਲੋਕਡ ਹੈਗੇ ਜਿੱਥੇ ਤੱਕ ਇਹਨਾਂ ਦੀ ਗੱਲ ਹੈਗੀ ਹੈ ਮੇਰਾ خیال ਆਪਾਂ ਸਾਰਿਆਂ ਨੇ ਅਮਰਪਾਲ ਹੁਣਾਂ ਨੂੰ ਵੀ ਹੋਰਨਾਂ ਨੂੰ ਵੀ ਸਾਨੂੰ ਸਾਰੇ ਜਿਹੜੇ ਪੰਜਾਬ ਦੇ ਹਿੱਤ ਵਿੱਚ ਸੋਚਦੇ ਆਂ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਕਿਵੇਂ ਰੱਖੀਏ ਲਾਅਨਡ ਆਰਡਰ ਕਿਵੇਂ ਰੱਖੇ ਜੇ ਅਸੀਂ ਦੂਜੀ ਕਿਸਮ ਦੀ ਭਾਸ਼ਾ ਚੱਕ ਦੋ ਮਾਰ ਦੋ ਥਲ ਦੋ ਫੜ ਲਓ ਨਿਕਲ ਨਾ ਜਾਏ ਇਹੋ ਜਿਹੀਆਂ ਗੱਲਾਂ ਕਰਾਂਗੇ ਤਾਂ ਫਿਰ ਕੁਦਰਤੀ ਆ ਭਾਵੇਂ ਸੈਂਟਰ ਕੋਸ਼ਿਸ਼ਾਂ ਕਰੇ ਵੀ ਕਿ ਇੱਥੇ ਅਸੀਂ ਇੰਡਸਟਰੀ ਲਾਉਣੀ ਹੈ ਕੋਈ ਆਊਗਾ ਨਹੀਂ ਸਰਕਾਰੀ ਇੰਡਸਟਰੀ ਤੇ ਭਾਵੇਂ ਲੱਗ ਜਾਏ ਜਿਹੜੀ ਲੱਕੜੀਆਂ ਕਿਉਂਕਿ ਸਰਕਾਰ ਦਾ ਪੈਸਾ ਹੋ ਪ੍ਰਾਈਵੇਟ ਵਾਲਾ ਇਸ ਮਾਹੌਲ ਚ ਨਹੀਂ ਲਾਗੂ ਲਾਊਗਾ ਦੂਸਰਾ ਸਾਡਾ ਪਾウダー ਦੀ ਸਟੇਟ ਆ ਛੋਟੀ ਸਟੇਟ ਕੋਈ ਬਹੁਤ ਵੱਡੀ ਨਹੀਂ ਹੈਗੀ ਇਹ ਸਾਰੇ ਫੈਕਟਰ ਆ ਫਿਰ ਖੇਤੀ ਪ੍ਰਧਾਨ ਆ ਫਿਰ ਸਾਡੇ ਤੁਹਾਨੂੰ ਪਤਾ ਮੂਵਮੈਂਟ ਤੇ ਅਡਾਨੀ ਦਾ ਕਿਵੇਂ ਕਰਾਉ ਕੀਤਾ ਸੀ ਜਿਹੜੇ ਉਹਨੇ ਸਾਈਲੋ ਬਣਾਏ ਹੋਏ ਆ ਉੱਤੇ ਭੋਗੇ ਰੇੜ ਉਹ ਕਿਹਾ ਬੈਠੇ ਰਹਿਆ ਗੱਡੀਆਂ ਦੀਆਂ ਉਹ ਕੋਈ ਵੀ ਜਿਹੜਾ ਕਾਰਪੋਰੇਟ ਚਾਹੁੰਦਾ ਵੀ ਹਾਂ ਕੰਮ ਬੰਦ ਕਰੋ ਤੁਸੀਂ ਤੇ ਮੇਰੀ ਤੂ ਫਬੱਟੀ ਦੇ ਕੇ ਸਵੇਰੇ ਸਵੇਰ ਲਾ ਕੇ ਤੇ ਪੂਜਾ ਕਰੋ ਤੇ ਮੇਰੀ ਗੁਣ ਗਾਇਨ ਕਰੋ ਤਾਂ ਮੈਂ ਆਉਂਗਾ ਨਹੀਂ ਤੇ ਮੈਂ ਤੇ ਵਿਗੜਿਆ ਹੋਇਆ ਹੈਗਾ ਮੈਂ ਤੇ ਤੁਹਾਨੂੰ ਲੁੱਟਣ ਆਉਣਾ ਤੇ ਤੁਸੀਂ ਇੱਥੇ ਡਾਂਗਾ ਚੱਕੀਆਂ ਹੋਇਆ ਮੈਂ ਇੱਥੇ ਕੀ ਲੈਣ ਆਣਾ ਡਾਂਗਾ ਖਾਣ ਆਉਣਾ ਤੁਹਾਡੇ ਕੋਲ ਜੀ ਸਵਾਲ ਤੇ ਪ੍ਰੋਫੈਸਰ ਸਾਹਿਬ ਇੱਥੇ ਪਾਕਿਸਤਾਨ ਦੇ ਨਾਲ ਵਪਾਰ ਖੋਲਣ ਦਾ ਵੀ ਹੁੰਦਾ ਹੈ ਕਿ ਉਹ ਉਧਰਲੇ ਪਾਸੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਅਮਿਤਪਾਲ ਸਿੰਘ ਉਹ ਵੀ ਇਸ ਮੁੱਦੇ ਬਾਰੇ ਜ਼ਿਕਰ ਕਹਿੰਦੇ ਕਰਦੇ ਰਹਿੰਦੇ ਨੇ ਤੇ ਚੰਗੀ ਗੱਲ ਹੈ ਜੇ ਕਰਦੇ ਆ ਤੇ ਅਸੀਂ ਤੇ ਲਗਾਤਾਰ ਹੀ ਕਰਦੇ ਆ ਮੇਰਾ ਖਿਆਲ ਦਰਜਣਾ ਬਾਅਦ ਤੇ ਅਸੀਂ ਕਿਹਾ ਕਿ ਕਿ ਇਹ ਬਹੁਤ ਜ਼ਰੂਰੀ ਹੈਗਾ ਤੇ ਕਿਉਂਕਿ ਪਾਕਿਸਤਾਨ ਸਾਡਾ ਨੇਚਰਲ ਹੈ ਸੁਖਵਿੰਦਰ ਉਥੇ ਸਾਡਾ ਸੱਭਿਆਚਾਰ ਵੀ ਤੁਸੀਂ ਪਾਕਿਸਤਾਨ ਚ ਚਾਹ ਤੁਹਾਨੂੰ ਇਹ ਥੋੜੀ ਲੱਗਦਾ ਕਿ ਤੁਸੀਂ ਪਾਕਿਸਤਾਨ ਚ ਚਲੇਗੇ ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਅੰਜ ਲੱਗਦਾ ਯਾਰ ਇਹ ਤੇ ਲੋਕ ਐਨੇ ਬਾਅਦ ਮੈਂ ਜੇ ਕਿਤੇ ਹੋਟਲ ਤੇ ਰੋਟੀ ਖਾਣ ਜਾਣੇ ਪੈਸੇ ਨਹੀਂ ਲੈਂਦੇ ਲੋਕ ਤੁਹਾਨੂੰ ਗਲੇ ਲਗ ਲਗ ਕਈ ਰੋਂਦੇ ਕੋਈ ਹੱਸਦੇ ਕੋਈ ਭਾਵਕ ਹੁੰਦੇ ਕੋਈ ਕੁਛ ਕੋਈ ਕੁਛ ਤੇ ਇਹ ਸਾਰਾ ਜਿਹੜਾ ਉੱਥੇ ਸਾਡੇ ਨਾਲ ਸਦੀਵੀ ਇੱਕ ਕਿੰਨਾ ਸਦੀਆਂ ਤੋਂ ਚੱਲਿਆ ਸੱਭਿਆਚਾਰ ਆ ਉੱਥੋਂ ਵੀ ਅਸੀਂ ਸਾਰੇ ਇੱਧਰ ਨੂੰ ਆਏ ਆ ਜਾਂ ਉਹਨਾਂ ਦੇ ਨਾਲ ਸਾਡੀਆਂ ਜੜਾਂ ਉੱਥੇ ਹੈਗੀਆਂ ਕਾਫੀ ਸੱਭਿਆਚਾਰਕ ਜੜਾਂ ਬੋਲੀ ਦੀਆਂ ਜੜਾਂ ਤੇ ਸਾਡਾ ਸਾਡੇ ਨਾਲ ਪੰਜਾਬ ਨਾਲ ਇਹ ਬਹੁਤ ਵੱਡਾ ਤਕਾ ਜਿਹੜਾ ਵਪਾਰ ਜਾਂ ਬਾਰਡਰ ਨਾਲ ਖੋਲਣਾ ਸਾਨੂੰ ਬਹੁਤ ਵੱਡੀ ਸ਼ਕਤੀ ਮਿਲੂਗੀ ਤੁਸੀਂ ਸੋਚ ਕੇ ਦੇਖੋਗੇ ਜੇ ਇੱਕ ਪੰਜਾਬੀ 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 ਹੋਣ ਲੱਗ ਜੂਗੀ ਇਸ ਪੂਰੇ ਦਿੱਲੀ ਤੱਕ ਜਿੱਤਨਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ ਜੇ ਅਸੀਂ ਨੇੜੇ ਹੁੰਨੇ ਆ ਤੇ ਉਧਰ ਤੇ 11 ਕਰੋੜ ਪੰਜਾਬੀ ਤੇ ਇੱਧਰ ਤੇ 3-4 ਕਰੋੜ ਪੰਜਾਬੀ ਸਾਰੇ ਇੰਡੀਆ ਦੇ ਜੇ ਨੇੜੇ ਤੇੜੇ ਹੋਈਏ ਤੇ ਕਿੱਡੀ ਵੱਡੀ ਸ਼ਕਤੀ ਬਣਦੇ ਆ ਇਹ ਜਾਣ ਬੁੱਝ ਕੇ ਸਾਨੂੰ ਕਮਜ਼ੋਰ ਕਰਨ ਲਈ ਬਾਰਡਰ ਦੇ ਉੱਤੇ ਕੋਈ ਨਾ ਕੋਈ ਠੂਠਾ ਤੇ ਕੀਤੀ ਜਾਂਦੀ ਆ ਕੰਡਿਆਂ ਵਾਲੀ ਵਾਰਡ ਤੇ ਲਾਈ ਜਾਂਦੀ ਆ ਪਰ ਕੋਈ ਪਿਆਰ ਦਾ ਸਨੇਹਾ ਕੋਈ ਇੱਕ ਦੂਜੇ ਦੇ ਆਉਣ ਜਾਣ ਦਾ ਗੱਲ ਲੱਗਣ ਦਾ ਸਨੇਹਾ ਲੋਕਾਂ ਨੂੰ ਮਿਲ ਲੈਣ ਦੇਣ ਦਾ ਕੋਈ ਉਪਰਾਲਾ ਇਹੋ ਜੀ ਖਬਰ ਘੱਟ ਹੀ ਆਉਂਦੀ ਹੈ। ਇਹੀ ਪੰਜਾਬ ਨੂੰ ਸਭ ਤੋਂ ਵੱਡਾ ਘਾਟਾ ਤੇ ਇਸ ਪਾਇਓਏ ਸਾਡੇ ਵਿੱਚ ਬਾੜੇ ਨੂੰ ਰਾਜਨੀਤਿਕ ਲੋਕ ਆਪਣੇ ਲਾਹੇ ਲਈ ਪਾਉਂਦੇ ਆ। ਆਮ ਜਨਤਾ ਦੇ ਵਿੱਚ ਪਾਇਓਏ ਇੱਕ ਬਾੜੇ ਨੂੰ ਇੱਕ ਡਿਆਂ ਵਾਲੀ ਤਾੜ ਤਾਰ ਨੂੰ ਕਿਵੇਂ ਪਰੇ ਕਰਕੇ ਉਹਨਾਂ ਦੇ ਨੇੜਤਾ ਬਣਾਉਣੀ ਆ। ਇਹ ਸਾਨੂੰ ਆਪ ਹੀ ਲੋਕਾਂ ਨੂੰ ਜ਼ਿਆਦਾ ਕੋਸ਼ਿਸ਼ ਕਰਕੇ ਸਰਕਾਰ ਤੇ ਦਬਾਅ ਪਾ ਕੇ ਇਧਰ ਨੂੰ ਤੁਰਨਾ ਪਊਗਾ ਸਰਕਾਰਾਂ ਦੀ ਨੀਅਤ ਲੱਗਦੀ ਨਹੀਂ ਆਖਰੀ ਖਬਰ ਪ੍ਰੋਫੈਸਰ ਸਾਬ ਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਚ ਆਏ ਸੀਗੇ ਪੰਜਾਬੀ ਯੂਨੀਵਰਸਿਟੀ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਕਰੋੜਾਂ ਦੇ ਕਰਜ਼ੇ ਥੱਲੇ ਆ ਯੂਨੀਵਰਸਿਟੀ ਵਾਲਿਆਂ ਨੇ ਆਪ ਸਰਕਾਰ ਤੋਂ ਕਈ ਵਾਰ ਬੰਕ ਕੀਤੀ ਚੰਨੀ ਸਾਬ ਕਹਿਗੇ ਸੀ ਕਿ ਦੇ ਦੇਾਂਗੇ ਪਰ ਹੁਣ ਤੱਕ ਇਸ ਸਰਕਾਰ ਨੇ ਕੋਈ ਉਹ ਜੀ ਪਹਿਲ ਨਹੀਂ ਕੀਤੀ ਭਰੋਸਾ ਦਾ ਵੀ ਹੋ ਲਗਾਤਾਰ ਅਖਬਾਰਾਂ ਛਪਦਾ ਰਹਿੰਦਾ ਸਭ ਨੇ ਪੜਿਆ ਹੀ ਆ ਤੇ ਹੁਣ ਇਸ ਦੇ ਵਿਚਾਲੇ ਮੈਂ ਨਾਲ ਉਹਨਾਂ ਨੂੰ ਦੂਜੀ ਖਬਰ ਵੀ ਜੋੜ ਦੇਣਾ ਕਿਉਂਕਿ ਜਦੋਂ ਪੰਜਾਬ ਸਰਕਾਰ ਦੀ ਗੱਲ ਹੁੰਦੀ ਹੈ ਕੈਬਨਿਟ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਉਹਨਾਂ ਨੇ ਦੱਸਿਆ ਕਿ ਹੁਣ ਤਾਂ ਨੌਕਰੀਆਂ ਹੀ ਨੌਕਰੀਆਂ ਹੋ ਜਾਣੀਆਂ ਪੰਜਾਬ ਦੇ ਵਿੱਚ ਜੇ ਖਜ਼ਾਨੇ ਦੀ ਗੱਲ ਕਰ ਲਓ ਕੋ ਪੁੱਛ ਲੇ ਖਜ਼ਾਨੇ 'ਚ ਪੈਸਾ ਨਹੀਂ ਨੌਕਰੀਆਂ ਉਹਨਾਂ ਮਲਾਜ਼ਮਾਂ ਨੂੰ ਦੇਣ ਲਈ ਪੈਸਾ ਕਿੱਥੋਂ ਆਊਗਾ ਇਹ ਸਾਰੇ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਇੱਕ ਗੱਲ ਦੀ ਰਾਤ ਹੈ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਜਿਹੜੇ ਪੜੇ ਲਿਖੇ ਨੇ ਉਹਨਾਂ ਨੂੰ ਆਸ ਵੱਜ ਗਈ ਹੋਣੀ ਕਿ ਚਲੋ ਅਸੀਂ ਕਿਤੇ ਤਾਂ ਸਰਕਾਰੀ ਦਰਬਾਰੇ ਫਿੱਟ ਹੋ ਜਾਾਂਗੇ। ਤੇ ਕੋ ਦੂਮੇ ਗੱਲਾਂ ਹੈ ਜਿੱਥੇ ਤੱਕ ਪੰਜਾਬੀ ਯੂਨੀਵਰਸਿਟੀ ਆ ਉਹ ਮੈਂ ਬੜੀ ਧੀਰ ਦਾ ਜਾਣਦਾ ਕਿ ਉਹਨਾਂ ਦਾ ਕਾਫੀ ਕਰਜ਼ਾ-ਕੁਰਜ਼ਾ ਹੈਗਾ ਜਿੰਨੇ ਵਾਰੀ ਜਾਂਦੇ ਐ ਹਰ ਕੋਈ ਲੀਡਰ ਉੱਥੇ ਜਾ ਕੇ ਕਹਿੰਦਾ ਕਿ ਅਸੀਂ ਕਰਜ਼ਾ ਲਾ ਦੇਾਂਗੇ। ਉਹ ਕਰਜ਼ਾ ਤੇ ਕੀ ਲੈਣਾ ਆ ਜੇ ਵੀ ਉਹ 150 ਕਰੋੜ ਰੁਪਏ ਜੇ ਹੋਰ ਮੰਗਦੇ ਐ ਜੇ ਕਰਜ਼ਾ ਉਹਨਾਂ ਦਾ ਬੈਲੈਂਸ ਕਰਨਾ। ਪਰ ਉਨ੍ਹਾਂ ਦੇ ਖਰਚੇ ਤਨਖਾਹਾਂ ਦੇ ਨਵੇਂ ਪੇਸਕੇ ਲਾਗੂ ਕਰਨ ਕਰਕੇ 2.8% ਵੱਧ ਗਏ ਉਹਦੇ ਕਰਕੇ ਉਹਨਾਂ ਨੂੰ 100 ਕਰੋੜ ਤਨਖਾਹਾਂ ਦਾ ਹਰ ਸਾਲ ਦਾ ਹੋਰ ਖਰਚਾ ਵੱਧ ਗਿਆ ਤੇ ਇਹਨਾਂ ਨੇ 112 ਕਰੋੜ 114 ਕਰੋੜ ਪਹਿਲਾਂ ਪੈਸੇ ਸਰਕਾਰ ਵੱਲੋਂ ਆਉਂਦੇ ਸੀ ਜਦ ਕਿ 460 ਕਰੋੜ ਦਾ ਯੂਨੀਵਰਸਿਟੀ ਦਾ ਬਜਟ ਹੁੰਦਾ ਸਮਝਦੇ ਹਾਂ ਸਰਕਾਰਾਂ ਕੀ ਦਿੰਦੀਆਂ ਯਾਨੀ 100 ਅ 14 ਕਰੋੜ ਨਾਲ ਕੰਟਰੋਲ 100% ਕਰਦੇ ਆ ਜਦ ਕਿ ਯੂਨੀਵਰਸਿਟੀ ਦੇ ਖਰਚੇ ਦਾ ਬਜਟ ਜਿਹੜਾ ਉਹ 460 ਕਰੋੜ ਦਾ ਉਹ ਆਪਣੇ ਆਪ ਜਨਰੇਟ ਕਰਦੇ ਪਏ ਸੀ ਕਿਸੇ ਨਾ ਕਿਸੇ ਤਰੀਕੇ ਜਨਰੇਟ ਕਿੱਥੋਂ ਹੋਣਾ ਉਹਨਾਂ ਨੇ ਕਿਹੜੀ ਕੋਈ ਫੈਕਟਰੀ ਲਾਈਨ ਰੋਡ ਬਣਾਉਣ ਵਾਲੀ ਸਾਡੇ ਚਮੜੀ ਲੈਂਦੀ ਆ ਜਾ ਕੇ ਨਿਆਣੇ ਦੀਆਂ ਥੀਸਾਂ ਵਧਾਓ ਆ ਕਰੋ ਆ ਫੀਸ ਦੋ ਆ ਫੀਸ ਦੋ ਇਹੋ ਜੇ ਕਰ ਕਰਾ ਕੇ ਉਹ ਆਪਣੇ ਯਾਨੀ ਸਰਕਾਰਾਂ ਸਿੱਧੀਆਂ ਕਹਿਦੀਆਂ ਕਿ ਸਾਡੇ ਅੱਲੇ ਪਲੇ ਪੜਾਈ ਲਈ ਕੁਛ ਨਹੀਂ ਹੋਰ ਹੋਰ ਬਦਮਖੀ ਲਈ ਜਿੰਨੇ ਮਰਜੀ ਪੁੱਠੇ ਕੰਮਾਂ ਲਈ ਤੁਸੀਂ ਪੈਸੇ ਇਕੱਠੇ ਕਰ ਲਓ ਉਹਨਾਂ ਨੇ ਰਵਿੰਦੂ ਉਹਨਾਂ ਨੇ ਕਿਹਾ ਕਿ ਮੈਂ ਪੰਜ ਨਸ ਕੀਤੀ ਉਹ 150 ਕਰੋੜ 114 ਤੋਂ 150 ਕਰੋੜ ਵੱਧ ਗਿਆ ਹੋ ਗਏ 36 36 ਕਰੋੜ ਵੱਧ ਗਿਆ ਉਹ ਕਹਿੰਦੀ ਹੈ ਕਿ ਸਾਨੂੰ ਚਾਹੀਦਾ 100 ਕਰੋੜ 36 ਨਾਲ ਸਾਡਾ ਕਾਪਾ ਨਹੀਂ ਅਸੀਂ ਦੇ ਕਿੰਨਾ ਹਰ ਮਹੀਨੇ ਕਰੋੜਾਂ 1.5 ਕਰੋੜ ਰੁਪਇਆ ਕਰਜ਼ੇ ਦੇ ਕਰਜ਼ੇ ਦੇ ਆ ਉਹਦਾ ਸੂਤ-ਸੂਤ ਹੀ ਦੇਈ ਜਾਂਦੇ ਨੇ ਇਸ ਲਈ ਸਾਨੂੰ ਕਰਜ਼ੇ ਤੋਂ ਬਾਹਰ ਕੱਢੋ ਤੇ ਘੱਟੋ-ਘੱਟ ਤਨਖਾਹਾਂ ਪੂਰੀਆਂ ਹੋਣ ਜੋਗੇ ਪੈਸੇ ਤੇ ਸਰਕਾਰ ਦੇਵੇ ਬਾਕੀ ਖਰਚੇ ਅਸੀਂ ਆਪਣੇ ਤੌਰ ਤੇ ਆਪ ਚਲਾਵਾਂਗੇ ਇਸ ਕਿਸਮ ਦਾ ਜਿਹੜੀ ਰਹੀ ਗੱਲ ਕਿ ਅੱਜ ਬੜੀ ਬੜੀ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਸੀ ਕੈਬਨਿਟ ਮੀਟਿੰਗ 12 ਵਜੇ ਕੈਬਨਿਟ ਮੀਟਿੰਗ ਹੋਣੀ ਆ ਕੋਈ ਵੱਡੇ ਫੈਸਲੇ ਹੋਣਗੇ ਮਿਨਿਸਟਰੀ ਬਦਲ ਜਾਣਗੇ ਉਹ ਫਲਾਣਾ ਹੋ ਜਾਊਗਾ ਸਰਾਰੀ ਨੂੰ ਬਾਹਰ ਕਰ ਦੇਣਗੇ ਫਲਾਣਾ ਵੱਡਾ ਆ ਜਾਊਗਾ ਇਸ ਤਰੀਕੇ ਨਾਲ ਕਈ ਗੱਲਾਂ ਸੀ ਵਿੱਚ ਕੁਮਰ ਵਿਜੇ ਪ੍ਰਤਾਪ ਦਾ ਵੀ ਨਾਮ ਹੁੰਦਾ ਸੀ ਉਹਨਾਂ ਨੇ ਆਪਣਾ ਸਟਾਲ ਲੱਗ ਲਾ ਕੇ ਲੋਕਾਂ ਦੀਆਂ ਅਲੱਗ-ਛਕਾਇਤਾ ਲੈਣੀਆਂ ਸ਼ੁਰੂ ਕਰਤੀਆਂ ਡੇਢ 100 ਛਕਾਇਤਾ ਇਹ ਜਿੰਨਾ ਚ ਉਹਨਾਂ ਨੇ 75 ਕਿਤੇ ਨਵਾਂ ਕਰਤਾ 75 ਉਹ ਕਰ ਦੇਣਗੇ ਮੇ ਆਈ ਹੈਲਪ ਯੂ ਦਾ ਸਟਾਲ ਲਾਇਆ ਸੀ ਉਹਨਾਂ ਨੇ ਤੇ ਉੱਥੇ ਉਹਨਾਂ ਨੇ ਕੀਤਾ ਪਰ ਇਹਨਾਂ ਵੱਲੋਂ ਚੀਮਾ ਸਾਹਿਬ ਨੇ ਆਪਣਾ ਜਿਹੜਾ ਸਾਰਾ ਜਦੋਂ ਲੋਕਾਂ ਨੂੰ ਬੜਾ ਉਤਸ਼ਾਹ ਸੀ ਮੀਡੀਆ ਦੇ ਵਿੱਚ ਕਿ ਅੱਜ ਕੋਈ ਨਵਾਂ ਚਰਚਾ ਮਸਾਲਾ ਮਿਲੂ ਉਹ ਮਿਲਿਆ ਨਹੀਂ ਹਵਾ ਜੀ ਨਿਕਲ ਗਈ ਉਹਦੀ ਉਹਨਾਂ ਨੇ ਕਿਹਾ ਕਿ ਅਸੀਂ 1800 ਸਿਪਾਈ ਭਰਤੀ ਕਰਿਆ ਕਰਾਂਗੇ ਹਰ ਸਾਲ ਤੇ 300 ਸਬ ਇੰਸਪੈਕਟਰ ਭਰਤੀ ਕਰਿਆ ਕਰਾਂਗੇ ਤੇ ਕੋਈ CNC ਦੇ ਵੀ ਬੰਦੇ 100 200 ਜਿੰਨੇ ਵੀ ਆ ਉਹ ਹਰ ਸਾਲ ਭਰਤੀ ਕਰਨਗੇ। ਭਗਵਾਨ ਤੁਮਾਨ ਨੇ ਬਾਅਦ ਵਿੱਚ ਇਹ ਦੱਸਿਆ ਕਿ ਇਹ ਭਰਤੀ ਪਹਿਲਾਂ ਵੀ ਹਰ ਸਾਲ ਹੁੰਦੀ ਆ ਅਸੀਂ ਨਵੀਂ ਨਹੀਂ ਕਰ ਲਗੇ। ਇਹ ਪਰ ਉਹ ਭਰਤੀ ਦਾ ਅਸੀਂ ਢੋਲ ਜ਼ਿਆਦਾ ਵਜਾਵਾਂਗੇ, ਐਡਵਰਟਾਈਜ਼ਮੈਂਟ ਜ਼ਿਆਦਾ ਕਰਾਂਗੇ। ਪਹਿਲਾਂ ਅਸੀਂ ਹੁਣ ਕੈਬਨਟ ਦਾ ਦਿੱਤਾ ਫਿਰ ਜਿੱਦਣ ਉਹਦੀ ਐਡਵਰਟਾਈਜ਼ਮੈਂਟ ਹੋਊਗੀ ਫਿਰ ਇੱਕ ਵੱਡਾ ਪੋਸਟਰ ਦੇਾਂਗੇ ਅਸੀਂ ਢੋਲ ਜਰਾਵੀਆਂ ਪਰ ਇੱਕ ਗੱਲ ਉਹਨਾਂ ਦੀ ਭਗਵੰਤ ਮਾਨ ਦੀ ਗੱਲ ਤੇ ਦਮ ਖਾਮ ਸੀਗਾ ਕਿ ਪਹਿਲਾਂ ਇਸ ਨੂੰ ਇਸ ਢੰਗ ਨਾਲ ਕੀਤਾ ਜਾਂਦਾ ਸੀ ਹੈਂਡਲ ਕੇ ਲਾਸਟ ਮੂਮੈਂਟ ਤੇ ਲੋਕਾਂ ਕੋ ਬੱਚਿਆਂ ਕੋ ਆਪਣੀ ਤਿਆਰੀ ਨਹੀਂ ਸੀ ਹੁਣ ਸਾਰੇ ਸਾਲ ਦਾ ਕੈਲੰਡਰ ਉਹ ਪਹਿਲਾਂ ਹੋਊਗਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੋਊਗੀ ਮਈ ਦੇ ਵਿੱਚ ਟੈਸਟ ਹੋ ਜਾਊਗਾ ਸਤੰਬਰ 15 ਤੋਂ ਜਿਹੜਾ ਬਾਕੀ ਫਿਜ਼ੀਕਲ ਟੈਸਟ ਜਾਂ ਸਾਰਾ ਉਹ ਸਿਲੈਕਸ਼ਨ ਹੋ ਕੇ ਤੇ ਉਹ ਸਾਲ ਦੇ ਅੰਦਰ ਉਸੇ ਸਾਲ ਚ ਇਹ ਸਾਰੇ ਬੰਦੇ ਅਪੁਆਇੰਟਮੈਂਟ ਲੈਟਰਾਂ ਹੋ ਜਾਣਗੇ ਜੇ ਇੰਜ ਹੁੰਦਾ ਤੇ ਇਸ ਗੱਲ ਦੀ ਅਸੀਂ ਪਹਿਲਾਂ ਹੀ ਵਧਾਈ ਭਗਵੰਤ ਮਾਨ ਦੀ ਸਰਕਾਰ ਨੂੰ ਦਿੰਨੇ ਆ ਰੱਬ ਕਰੇ ਜੋ ਸਕੀਮ ਦਿੱਤੀ ਆ ਉਸੇ ਤਰ੍ਹਾਂ ਚੱਲੇ ਪੈਨਸ਼ਨ ਸਕੀਮ ਵਾਂਗੂ ਨਹੀਂ ਕਿ ਲਿਖਿਆ ਕਿੰਦਰ ਨੂੰ ਕੁਝ ਹੈ ਨਹੀਂ ਤੇ ਢੋਲ ਨੋਟੀਫਿਕੇਸ਼ਨ ਦੇ ਵੀ ਵੱਜ ਚੁੱਕੇ ਜੀ ਉਮੀਦ ਕਰਦੇ ਆ ਕਿ ਪੰਜਾਬ ਦਾ ਖਜ਼ਾਨਾ ਵੀ ਪਰੇ ਸਰਕਾਰ ਉਹੋ ਜੀਆਂ ਨੀਤੀਆਂ ਲੈ ਕੇ ਆਵੇ ਲੋਕਾਂ ਤੋਂ ਸਹਿਯੋਗ ਲਏ ਤੇ ਉਹਦੇ ਨਾਲ ਪੰਜਾਬ ਫਿਰ ਤੋਂ ਜਿਵੇਂ ਕਹਿੰਦੇ ਕਿ ਰੰਗਲਾ ਪੰਜਾਬ ਬਣਾ ਦੇਵਾਂਗੇ ਹਰ ਕੋਈ ਚਾਹੁੰਦਾ ਆ ਸਰਕਾਰਾਂ ਤੋਂ ਉਮੀਦਾਂ ਨੇ ਤੇ ਸਰਕਾਰਾਂ ਹੀ ਕਰਦੀਆਂ ਨੇ ਲੋਕਾਂ ਨੇ ਤਾਂ ਸਾਥ ਦੇਣਾ ਹੁੰਦਾ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਮੈਨੂੰ ਇਜਾਜ਼ਤ ਦਿਓ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਤੁਹਾਡੀ ਸਾਰੀ ਟੀਮ ਦਾ ਸਿਕੁੰਦਰ ਔਰ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ